ਹਾਂਜੀ ਦੋਸਤੋ, ਪਹਿਲਾਂ ਪੈਸੇ ਜਪਣਾ ਸ਼ੁਰੂ ਕਰਦੇ ਹਾਂ ਜੀ। ਪੈਸੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਬੇਸਿਕ ਗੱਲਾਂ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ। ਦੇਖੋ, ਮੈਨੀ ਕੈਂਡੀਡੇਟਸ ਆਰ ਲੀਵਿੰਗ ਆਊਟ ਪੈਸੇਜਸ, ਬਹੁਤ ਸਾਰੇ ਕੈਂਡੀਡੇਟਸ ਨੇ ਜੋ ਪੈਸੇਜਸ ਨੂੰ ਛੱਡ ਦਿੰਦੇ ਨੇ। ਲੇਕਿਨ ਪੈਸੇਜ ਕਰਨਾ ਵੀ, ਸੋਲਵ ਕਰਨਾ ਵੀ ਇੱਕ ਕਲਾ, ਇੱਕ ਆਰਟ ਹੈ ਨਾ। ਪੈਸੇਜ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਟੈਕਸਟ ਹੈ ਜਿਹਨੂੰ ਤੁਸੀਂ ਥਿਊਰੀ ਵੀ ਕਹਿ ਸਕਦੇ ਹੋ ਜਾਂ ਪੈਰਾਗ੍ਰਾਫਸ ਕਹਿ ਸਕਦੇ ਹੋ, ਇੱਕ ਤਾਂ ਇਹ ਚੀਜ਼ ਹੁੰਦੀ ਹੈ। ਦੂਸਰੀ ਚੀਜ਼ ਕੀ ਹੁੰਦੇ ਨੇ? ਕੁਐਸ਼ਨਸ। ਹੁਣ ਆਪਾਂ ਨੂੰ ਪਹਿਲਾਂ ਕੁਐਸ਼ਨਸ ਦੇਖਣੇ ਚਾਹੀਦੇ ਨੇ ਜਾਂ ਪਹਿਲਾਂ ਪੈਰਾਗ੍ਰਾਫਸ ਪੜ੍ਹਨੇ ਚਾਹੀਦੇ ਨੇ? ਇਹ ਬੜੀ ਕਨਫਿਊਜ਼ਿੰਗ ਇੱਕ ਗੱਲ ਹੈ, ਕਿਉਂਕਿ ਕੁਝ ਸਟੂਡੈਂਟਸ ਸੋਚਦੇ ਨੇ ਕਿ ਪਹਿਲਾਂ ਆਪਾਂ ਨੂੰ ਟੈਕਸਟ ਪੜ੍ਹਨਾ ਚਾਹੀਦਾ, ਕੁਝ ਸਟੂਡੈਂਟਸ ਸੋਚਦੇ ਨੇ ਪਹਿਲਾਂ ਆਪਾਂ ਨੂੰ ਕੁਐਸ਼ਨਸ ਪੜ੍ਹਨੇ ਚਾਹੀਦੇ ਨੇ। ਇਹ ਵੇਰੀ ਕਰਦਾ ਪੈਸੇਜ ਟੂ ਪੈਸੇਜ, ਪੈਸੇਜ ਦੀ ਡਿਫੀਕਲਟੀ ਲੈਵਲ ਕੀ ਹੈ, ਸਾਰਾ ਕੁਝ ਉਸ 'ਤੇ ਡਿਪੈਂਡ ਕਰਦਾ। ਸੋ ਜੋ ਮੈਂ ਹੁਣ ਤੱਕ ਤੁਹਾਡੇ ਇਹ ਪੈਸੇਜਸ ਦੇਖੇ ਨੇ, ਤਾਂ ਉਸਦੇ ਅਕੋਰਡਿੰਗ ਜਿੱਦ ਤੱਕ ਮੈਂ ਸਮਝ ਪਾਇਆ ਕਿ ਜੋ ਇਹ ਵਾਲੇ ਪੈਸੇਜਿਸ ਨੇ, ਜੋ ਤੁਹਾਡੇ ਪੈਸੇਜ ਆਊਗਾ ਉਹਦੇ ਵਿੱਚ ਤੁਸੀਂ ਕੀ ਕਰੋਗੇ? ਸਭ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਟੈਕਸਟ ਨੂੰ ਰੀਡ ਕਰਨਾ। ਸਪੋਜ਼ ਕਰੋ ਕਿ ਤਿੰਨ ਪੈਰਾਗ੍ਰਾਫਸ ਨੇ ਜਾਂ ਚਾਰ ਪੈਰਾਗ੍ਰਾਫਸ ਨੇ, ਜਿੱਦ ਤੱਕ ਮੈਂ ਨੋਟਿਸ ਕੀਤਾ 3 ਤੋਂ 4 ਪੈਰਾਗ੍ਰਾਫਸ ਤਾਂ ਘੱਟੋ ਘੱਟ ਹੈਗੇ ਹੀ ਹੈਗੇ ਨੇ, ਠੀਕ ਹੈ, ਚਾਹੇ ਛੋਟੇ ਨੇ ਚਾਹੇ ਵੱਡੇ ਨੇ। ਸੋ ਸਭ ਤੋਂ ਪਹਿਲਾਂ ਇੱਕ ਵਾਰ ਜਦੋਂ ਤੁਸੀਂ ਟੈਕਸਟ ਰੀਡ ਕਰੋਗੇ ਨਾ, ਤਾਂ ਉਦੋਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ, ਉਦੋਂ ਤੁਸੀਂ ਕੀ ਕਰਨਾ? ਸਕਿਮ ਕਰਨਾ, ਸਕਿਮ, SKIM। ਤਾਂ ਸਕਿਮ ਦਾ ਮਤਲਬ ਕੀ ਹੈ ਕਿ ਤੁਸੀਂ ਉਹ ਸਮਝਣਾ ਕਿ ਉਹ ਕਹਿਣਾ ਕੀ ਜਾ ਰਿਹਾ ਇਨਸਾਨ, ਬਸ ਕਿਹਦੇ ਬਾਰੇ ਗੱਲ ਹੋ ਰਹੀ ਹੈ, ਬਸ ਇੰਨੀ ਕੁ ਗੱਲ ਆਈਡੀਆ ਲਗਾਉਣਾ, ਕਿਹੜਾ ਟੈਂਸ ਹੈ, ਕਿਹੜੀ ਵਕੈਬ ਹੈ, ਕੀ ਸ਼ਬਦ ਲਿਖਿਆ, ਉੱਥੇ ਫਸਣਾ ਨਹੀਂ ਹੈ, ਇੱਕ ਵਾਰੀ ਰੀਡ ਕਰਨਾ ਬਸ, ਉਹ ਆਈਡੀਆ ਹੋ ਜੂ ਵੀ ਉਹ ਗੱਲ ਕਿਹਦੇ ਬਾਰੇ ਕਰ ਰਿਹਾ। ਉਹਨੇ ਚੰਗੀਆਂ ਗੱਲਾਂ ਕੀਤੀਆਂ ਨੇ, ਮਾੜੀ ਗੱਲ ਕੀਤੀ ਹੈ, ਉਹਨੇ ਕਿਸੇ ਚੀਜ਼ ਦਾ ਐਨਾਲਿਸਿਸ ਕੀਤਾ, ਉਹਨੇ ਕੋਈ ਹਿਸਟੋਰੀਕਲ ਫੈਕਟ ਦੀ ਗੱਲ ਕੀਤੀ ਹੈ, ਉਹ ਕੋਈ ਆਪਣਾ ਓਪੀਨੀਅਨ ਦੇ ਰਿਹਾ, ਉਹ ਸਰਕਾਰ ਨੂੰ ਕ੍ਰਿਟੀਸਾਈਜ਼ ਕਰ ਰਿਹਾ, ਸਰਕਾਰ ਦੇ ਖਿਲਾਫ਼ ਬੋਲ ਰਿਹਾ, ਸਰਕਾਰ ਦੇ ਪੱਖ 'ਚ ਬੋਲ ਰਿਹਾ, ਤਾਂ ਇਹ ਇੱਕ ਜਨਰਲ ਆਈਡੀਆ ਹੋ ਜਾਂਦਾ ਵੀ ਆਹ ਟੋਪਿਕ ਹੈ ਬਈ, ਆਹ ਸਬਜੈਕਟ ਹੈ। ਉਸ ਤੋਂ ਬਾਅਦ ਜੋ ਤੁਸੀਂ ਇਹ ਪੜ੍ਹ ਲਉਂਗੇ, ਫਿਰ ਤੁਸੀਂ ਪੜ੍ਹਨੇ ਨੇ ਕੁਐਸ਼ਨਸ। ਤਾਂ ਕੁਐਸ਼ਨਸ ਸਪੋਜ਼ ਕਰੋ ਵੀ 5 ਕੁਐਸ਼ਨਸ ਨੇ ਜਾਂ 7 ਕੁਐਸ਼ਨਸ ਨੇ, ਜਿੰਨੇ ਵੀ ਕੁਐਸ਼ਨਸ ਨੇ, ਤਾਂ ਉਦੋਂ ਤੁਸੀਂ ਜਦੋਂ ਪਹਿਲਾ ਕੁਐਸ਼ਨ ਪੜ੍ਹੋਗੇ ਨਾ, ਤਾਂ ਪਹਿਲਾ ਕੁਐਸ਼ਨ ਤੁਸੀਂ ਪੜ੍ਹੋਗੇ, ਤੁਸੀਂ ਕਹੋਗੇ ਯਾਰ ਹਾਂ ਇਹਦੇ ਬਾਰੇ ਗੱਲ ਕੀਤੀ ਸੀ, ਤੁਹਾਨੂੰ ਹੋਰ ਇਸ ਤੋਂ ਵੱਡਾ ਕੋਈ ਆਈਡੀਆ ਨਹੀਂ ਹੋਣਾ, ਤੁਹਾਨੂੰ ਬਸ ਐਂ ਹੋਊਗਾ ਯਾਰ ਵੀ ਇਸ ਚੀਜ਼ ਬਾਰੇ ਉਹਨੇ ਪੈਸੇਜ ਕਿਤੇ ਨਾ ਕਿਤੇ ਗੱਲ ਕੀਤੀ ਸੀ। ਉਦੋਂ ਬਾਅਦ 'ਚ ਤੁਸੀਂ ਇੱਕ ਚੀਜ਼ ਚੰਗੀ ਕੀ ਹੈ ਕਿ ਜਿਹੜਾ ਪਹਿਲਾ ਕੁਐਸਚਨ ਪੁੱਛ ਰਹੇ ਹੋ, ਪਹਿਲੇ ਪੈਰਾਗ੍ਰਾਫ 'ਚ ਹੀ ਪੁੱਛ ਰਿਹਾ, ਲਾਸਟ ਪੈਰਾਗ੍ਰਾਫ 'ਚੋਂ ਨਹੀਂ ਪੁੱਛ ਰਿਹਾ। ਅਗਰ ਇਹ ਪਹਿਲਾ ਕੁਐਸਚਨ ਲਾਸਟ ਪੈਰਾਗ੍ਰਾਫ ਦੇ ਵਿੱਚ ਪੁੱਛਦਾ, ਫਿਰ ਤੁਹਾਨੂੰ ਸਾਰਾ ਪੈਸੇ ਫਿਰ ਦੁਬਾਰਾ ਲਾਸਟ ਤੱਕ ਪੜ੍ਹਨਾ ਪੈਂਦਾ, ਤਾਂ ਉਹ ਨਹੀਂ ਪੜ੍ਹਨ ਦੀ ਲੋੜ। ਜਦੋਂ ਤੁਸੀਂ ਇੱਕ ਵਾਰ ਸਕਿਮ ਕਰਕੇ ਪਹਿਲੇ ਕੁਐਸਚਨਸ 'ਤੇ ਆ ਗਏ, ਤਾਂ ਪਹਿਲਾ ਕੁਐਸਚਨ ਜਦੋਂ ਤੁਸੀਂ ਪੜ੍ਹ ਰਹੇ ਹੋ, ਉਦੋਂ ਬਾਅਦ ਤੁਸੀਂ ਦੁਬਾਰਾ ਪੈਸੇਜ ਪੜ੍ਹਨਾ ਸ਼ੁਰੂ ਕਰਨਾ, ਫਿਰ ਜਦੋਂ ਤੁਸੀਂ ਜਿਹੜੀ ਗੱਲ ਉਹਨੇ ਪੁੱਛੀ ਹੈ, ਫਿਰ ਉਹ ਗੱਲ ਲੱਭਣੀ ਹੈ ਇਹਦੇ ਵਿੱਚੋਂ ਵੀ ਕਿੱਥੇ ਉਹ ਗੱਲ ਬਾਰੇ ਗੱਲ ਕੀਤੀ ਹੈ, ਜਿੱਥੇ ਉਹਦੇ ਬਾਰੇ ਗੱਲ ਕੀਤੀ ਹੈ ਉਹ ਲਾਈਨਾਂ ਨੂੰ 2 ਜਾਂ 3 ਵਾਰ ਪੜ੍ਹਨਾ, ਉਹਦੇ ਵਿੱਚੋਂ ਆਂਸਰ ਨਿਕਲੇਗਾ, ਉਹ ਆਂਸਰ ਨੂੰ ਤੁਸੀਂ ਟਿੱਕ ਕਰ ਦੇਣਾ, ਤੁਹਾਡਾ ਪੈਸੇ ਸੋਲਵ, ਉਹ ਤੁਹਾਡਾ ਕੁਐਸਚਨ ਸੋਲਵ ਹੋ ਜੂਗਾ, ਹੈ ਨਾ। ਸੋ ਇਹ ਬੈਸਟ ਟ੍ਰਿਕ ਹੈ, ਇਸ ਤੋਂ ਵਧੀਆ ਟ੍ਰਿਕ ਤੁਹਾਨੂੰ ਕਿਤੇ ਨਹੀਂ ਮਿਲਣੀ ਹੈਗੀ, ਇਸ ਗੱਲ ਦਾ ਖਾਸ ਧਿਆਨ ਰੱਖਣਾ। ਇਸ ਤੋਂ ਬਾਅਦ ਇੱਕ ਪੈਸੇਜ ਨੂੰ ਕਰਨਾ ਕਦੋਂ ਹੈ? ਦੇਖੋ, ਪੈਸੇਜ ਜੋ ਹੈ ਟਾਈਮ ਕੰਜ਼ਿਊਮਿੰਗ ਹੈ, ਅਤੇ ਤੁਸੀਂ 100% ਸ਼ੋਰ ਨਹੀਂ ਹੋ ਸਕਦੇ, ਕਿਉਂਕਿ ਅਗਰ ਉਹਨੇ ਪੈਸੇਜ ਜੋ ਹੈ ਥੋੜ੍ਹਾ ਜਿਹਾ ਘੁਮਾ ਕੇ ਪਾਇਆ, ਥੋੜ੍ਹੀ ਵੋਕੈਬ ਥੋੜ੍ਹੀ ਟੇਢੀ ਯੂਜ਼ ਕਰ ਲਈ, ਤਾਂ ਤੁਸੀਂ ਕਈ ਵਾਰ ਸ਼ੋਰ ਨਹੀਂ ਹੁੰਦੇ ਯਾਰ ਵੀ ਇਸ ਵੋਕੈਬ 'ਤੇ ਨਿਰਭਰ ਕਰਦਾ ਕਿ ਸਾਰਾ ਆਂਸਰ। ਅਗਰ ਇਹ ਵੋਕੈਬ ਪੋਜ਼ਿਟਿਵ ਹੈ ਤਾਂ ਆਂਸਰ ਪੋਜ਼ਿਟਿਵ ਆਊਗਾ, ਅਗਰ ਵੋਕੈਬ ਨੈਗੇਟਿਵ ਹੈ, ਗੱਲ ਕੀਤੀ ਹੈ ਨੈਗੇਟਿਵ, ਤਾਂ ਨੈਗੇਟਿਵ ਆਂਸਰ ਆਊਗਾ। ਸੋ ਇਸ ਕਰਕੇ ਤੁਸੀਂ 100% ਸ਼ੋਰ ਕਦੇ ਵੀ ਪੈਸੇਜ ਨੂੰ ਲੈ ਕੇ ਨਹੀਂ ਹੋ ਸਕਦੇ, ਤਾਂ ਇਹਦੇ ਵਿੱਚ ਕੀ ਹੋਊਗਾ? ਟਾਈਮ ਕੰਜ਼ਿਊਮ ਹੋਊਗਾ। ਤਾਂ ਕੋਈ ਵੀ ਕੁਐਸਚਨ ਜਿਹੜਾ ਟਾਈਮ ਕੰਜ਼ਿਊਮਿੰਗ ਹੁੰਦਾ, ਉਹਨੂੰ ਹਮੇਸ਼ਾ ਐਂਡ 'ਤੇ ਕਰਨਾ ਚਾਹੀਦਾ,
ਕਿਉਂਕਿ ਤੁਸੀਂ ਸ਼ੁਰੂਆਤ 'ਚ ਅਗਰ ਪੈਸੇ ਸੋਲਵ ਕਰਨ ਬਹਿ ਗਏ ਤਾਂ ਸਪੋਜ਼ ਕਰ ਲਓ ਪੈਸੇ ਸੋਲਵ ਹੋ ਗਏ, ਫਿਰ ਤਾਂ ਕੋਨਫੀਡੈਂਸ ਅਪਲਿਫਟ ਹੋ ਜਾਊਗਾ, ਲੇਕਿਨ ਅਗਰ ਪੈਸੇ 'ਚ ਸੋਲਵ ਨਾ ਹੋ ਪਾਇਆ ਤਾਂ ਉੱਥੇ ਮਰਾਲ ਡਾਊਨ ਹੋ ਜਾਂਦਾ ਸਟੂਡੈਂਟ ਦਾ, ਤੁਹਾਡਾ ਮਰਾਲ ਡਾਊਨ ਹੋ ਯਾਰ ਵੀ ਪੈਸੇ 'ਚ ਨਹੀਂ ਸੋਲਵ ਹੋਇਆ ਤਾਂ ਯਾਰ ਅੱਗੇ ਪੇਪਰ ਕੀ ਕਰਾਂਗੇ, ਅਤੇ ਉੱਥੇ ਟਾਈਮ ਵੀ ਖਰਾਬ ਹੁੰਦਾ। ਸੋ ਇਸ ਕਰਕੇ ਪੈਸੇ 'ਚ ਨੂੰ ਹਮੇਸ਼ਾ ਐਂਡ 'ਤੇ ਸੋਲਵ ਕਰਨਾ, ਮੇਰੀ ਇਹੀ ਸਲਾਹ ਰਹੂਗੀ, ਠੀਕ ਹੈ। ਸੋ ਆਪਾਂ ਹੁਣ ਪਹਿਲਾਂ ਪੈਸੇਜ ਜੋ ਹੈ ਸ਼ੁਰੂ ਕਰਦੇ ਹਾਂ। ਮੈਂ ਤੁਹਾਨੂੰ ਇੱਕ ਵਾਰ ਇਹ ਸਲਾਈਡ ਦਿਖਾ ਦੇਣਾ, ਤੁਸੀਂ ਇਹ ਸਲਾਈਡ ਦੇਖ ਲਓ, ਰੀਡ ਕਰਨੀ ਹੈ ਪੌਜ਼ ਕਰਕੇ, ਐਂਡ ਉਸ ਤੋਂ ਬਾਅਦ 'ਚ ਦੇਖ ਲੀਜੀ, ਠੀਕ ਹੈ। ਪੌਜ਼ ਕਰਕੇ ਤੁਸੀਂ ਰੀਡ ਆਊਟ ਕਰਨਾ, ਉਸ ਤੋਂ ਬਾਅਦ ਓਏ ਆਹ ਪੈਸੇਜ ਹੈ, ਠੀਕ ਹੈ। ਸੋ ਉਰੇ ਪੈਸੇਜ ਤੁਹਾਡਾ ਖਤਮ ਹੁੰਦਾ, ਇੱਕ ਵਾਰੀ ਤੁਸੀਂ ਇਹ ਪੌਜ਼ ਕਰਕੇ ਰੀਡ ਕਰਨਾ, ਐਂਡ ਆਈ ਹੋਪ ਕਿ ਤੁਸੀਂ ਇਹ ਪੈਸੇਜ ਜੋ ਹੈ ਰੀਡ ਕਰ ਲਿਆ ਹੋਵੇਗਾ। ਹੁਣ ਜਿਵੇਂ ਮੈਂ ਤੁਹਾਨੂੰ ਮੈਂ ਟੈਕਨੀਕ ਦੱਸੀ ਕਿ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਪੈਸੇਜ ਰੀਡ ਕਰਾਂਗੇ, ਠੀਕ ਹੈ। ਹੁਣ ਦੇਖੋ ਮੈਂ ਤਾਂ ਸਕਿਮਿੰਗ ਨਹੀਂ ਕਰੂੰਗਾ, ਮੈਂ ਤਾਂ ਜਿਹੜਾ ਪੈਸੇਜ ਖੋਲੂੰਗਾ ਪੈਸੇਜ ਤੁਹਾਨੂੰ ਸਮਝਾਊਂਗਾ ਨਾਲ ਨਾਲ, ਠੀਕ ਹੈ। ਸੋ ਉਹ ਚੀਜ਼ ਕਰਨੀ ਹੈ। ਦੇਖੋ ਹੁਣ ਤੁਹਾਨੂੰ ਕੀ ਟੈਕਨੀਕ ਦੱਸੀ, ਪਹਿਲਾਂ ਤੁਸੀਂ ਕੀ ਕਰਨਾ, ਇੱਕ ਵਾਰੀ ਆਹ ਪੜ੍ਹ ਲਿਆ, ਠੀਕ ਹੈ। ਉਦੋਂ ਬਾਅਦ 'ਚ ਫਿਰ ਤੁਸੀਂ ਇੱਕ ਵਾਰੀ ਆਹ ਪੜ੍ਹ ਲਿਆ। ਹੁਣ ਤੁਹਾਨੂੰ ਪਤਾ ਲੱਗ ਗਿਆ ਯਾਰ, ਆਈ ਹੋਪ ਤੁਸੀਂ ਹੁਣ ਤੱਕ ਪੜ੍ਹ ਲਿਆ ਹੋਵੇਗਾ, ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਇਹਦੇ ਬਾਰੇ ਇਹਦੇ ਵਿੱਚ ਇਸ ਪੈਸੇਜ ਦੇ ਵਿੱਚ ਜਿਹੜਾ ਹੈਗਾ ਰਾਈਟ ਬ੍ਰਦਰਸ ਦੀ ਗੱਲ ਕੀਤੀ ਹੈ, ਪਲੇਨ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਵੇਂ ਕਿਵੇਂ ਕਰਕੇ ਕਿਹੜੀਆਂ ਮੁਸ਼ਕਿਲਾਂ ਦੇ ਨਾਲ ਆਪਣੇ ਇੱਕ ਪਲੇਨ ਡਿਜ਼ਾਈਨ ਕੀਤਾ, ਠੀਕ ਹੈ। ਸੋ ਇਹ ਬੇਸਿਕ ਜਿਹੀ ਇੱਕ ਗੱਲ ਲਿਖੀ ਹੋਈ ਹੈ। ਹੁਣ ਤੁਹਾਡਾ ਕੀ ਕੰਮ ਹੈ ਕਿ ਤੁਸੀਂ ਪਹਿਲਾਂ ਇਹਨੂੰ ਇਸ ਕੁਐਸਚਨ ਨੂੰ ਪੜ੍ਹੋ, ਠੀਕ ਹੈ। ਹੁਣ ਤੁਸੀਂ ਜਦੋਂ ਇਸ ਕੁਐਸਚਨ ਨੂੰ ਪੜ੍ਹੋਗੇ ਤਾਂ ਇਸ ਕੁਐਸਚਨ ਦੇ ਵਿੱਚ ਕੀ ਲਿਖਿਆ, ਦਾ ਆਈਡੀਆ ਆਫ ਦਾ ਫਲਾਇੰਗ ਐਂਡ ਏਅਰਕ੍ਰਾਫਟ ਵਾਜ਼ ਬਲੈਂਕ ਟੂ ਸਮ ਪੀਪਲ। ਜਦੋਂ ਇਹ ਗੱਲ ਸਮਝ ਆ ਗਈ, ਹੁਣ ਤੁਹਾਨੂੰ ਆਈਡੀਆ ਆਫ ਏਅਰਕ੍ਰਾਫਟ ਵਾਲੀ ਗੱਲ ਸਮਝ ਆ ਗਈ, ਤਾਂ ਤੁਸੀਂ ਕੀ ਕਰੋਗੇ, ਹੁਣ ਤੁਸੀਂ ਉਹ ਪੜ੍ਹਨਾ ਸ਼ੁਰੂ ਕਰੋਗੇ। ਇਹ ਕੁਐਸਚਨ ਜੋ ਹੈ ਪਹਿਲੀਆਂ 3-4 ਜਾਂ ਮੈਕਸੀਮਮ 5-7 ਲਾਈਨਾਂ ਦੇ ਵਿੱਚ ਹੋਣਾ ਚਾਹੀਦਾ, ਅਦਰਵਾਈਜ਼ ਹਮੇਸ਼ਾ ਪਹਿਲਾ ਕੁਐਸਚਨ ਜਿਹੜਾ ਹੁੰਦਾ ਉਹ ਕਈ ਵਾਰ ਪਹਿਲੀ ਲਾਈਨ ਤੋਂ ਹੀ ਹੁੰਦਾ। ਮੈਨੀ ਗ੍ਰੇਟ ਇਨਵੈਂਸ਼ਨਸ ਆਰ ਇਨੀਸ਼ਲੀ ਗ੍ਰੀਟਿਡ ਵਿਦ ਰੀਡੀਕਿਊਲ ਐਂਡ ਡਿਸਬਲੀਫ। ਹੁਣ ਦੇਖੋ ਮੈਂ ਤੁਹਾਨੂੰ ਇਹ ਸੋਚ ਰਿਹਾ ਕਿ ਤੁਹਾਨੂੰ ਪੂਰਾ ਪੈਸੇਜ ਪਹਿਲਾਂ ਸਮਝਾਵਾਂ ਫਿਰ ਤੁਹਾਨੂੰ ਆਨਸਰ ਤੱਕ ਲੈ ਕੇ ਜਾਵਾਂ, ਤਾਂ ਉਹ ਜ਼ਿਆਦਾ ਵਧੀਆ ਤਰੀਕਾ ਹੈ, ਜਾਂ ਫਿਰ ਮੈਂ ਜਿਵੇਂ ਐਕਚੁਅਲ 'ਚ ਸੋਲਵ ਕਰਨਾ ਉਹੀ ਕਰਕੇ ਦਿਖਾਵਾਂ। ਮੈਂ ਤੁਹਾਨੂੰ ਚਾਹ ਰਿਹਾ ਕਿ ਮੈਂ ਪਹਿਲਾਂ ਤੁਹਾਨੂੰ ਸਮਝਾ ਦਾ ਇੱਕ ਵਾਰ, ਠੀਕ ਹੈ। ਉਦੋਂ ਬਾਅਦ 'ਚ ਫਿਰ ਆਨਸਰ ਤੁਹਾਨੂੰ ਸਮਝਣੇ ਜ਼ਿਆਦਾ ਈਜ਼ੀ ਹੋ ਜਾਣਗੇ। ਚਲੋ ਦੇਖੋ ਕੀ ਕਹਿ ਰਿਹਾ, ਮੈਨੀ ਗ੍ਰੇਟ ਇਨਵੈਂਸ਼ਨਸ ਆਰ ਇਨੀਸ਼ਲੀ ਗ੍ਰੇਟਿਡ ਵਿਦ ਰੈਡੀਕਿਊਲ ਐਂਡ ਡਿਸਬਲੀਫ। ਰੈਡੀਕਿਊਲ ਦਾ ਮਤਲਬ ਹੁੰਦਾ ਕਿਸੇ 'ਤੇ ਹੱਸਣਾ, ਕਿਸੇ 'ਤੇ ਕਿਸੇ ਨੂੰ ਮੌਕ ਕਰਨਾ, ਕਿਸੇ ਦਾ ਮਜ਼ਾਕ ਬਣਾਉਣਾ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਮੌਕਰੀ, MOCKERY, ਮੌਕਿੰਗ ਕਹਿੰਦੇ ਹਾਂ ਨਾ, ਮੌਕਿੰਗ, ਕਿਸੇ ਦਾ ਮਜ਼ਾਕ ਬਣਾਉਣਾ ਉਹ ਹੁੰਦਾ। ਸੋ ਕੀ ਕਹਿ ਰਿਹਾ ਕਿ ਬਹੁਤ ਸਾਰੀਆਂ ਮਹਾਨ ਇਨਵੈਂਸ਼ਨਸ ਨੇ ਜਿਹੜੀਆਂ ਉਹ ਸਟਾਰਟਿੰਗ ਦੇ ਵਿੱਚ ਉਹਨਾਂ 'ਤੇ ਲੋਕ ਹੱਸਦੇ ਹੀ ਨੇ, ਉਹਨਾਂ ਦਾ ਮਜ਼ਾਕ ਹੀ ਬਣਾਉਂਦੇ ਨੇ, ਯਾਰ ਵੀ ਇਹ ਕਿੱਥੇ ਪੋਸੀਬਲ ਹੈ। ਅੱਜ ਮੈਂ ਕਹਿ ਦਾਂ ਕਿ ਯਾਰ ਕੱਲ੍ਹ ਨੂੰ 2 ਸਾਲਾਂ ਨੂੰ 5 ਸਾਲਾਂ ਨੂੰ ਬੰਦਾ ਉੱਡਣ ਲੱਗ ਜੂ ਤਾਂ ਕੋਈ ਨਾ ਕੋਈ ਹੋ ਸਕਦਾ ਕਿ ਮੇਰਾ ਮਜ਼ਾਕ ਬਣਾ ਦੇ। ਸੋ ਉਹ ਚੀਜ਼ ਕਹਿ ਰਿਹਾ, ਅਤੇ ਲੋਕ ਡਿਸਬਲੀਫ ਦਾ ਮਤਲਬ ਨਾ ਮੰਨਣਾ। ਸੋ ਜਿਹੜੇ ਲੋਕ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਮੰਨਦੇ ਸਟਾਰਟਿੰਗ ਵਿੱਚ, ਦ ਇਨਵੈਂਸ਼ਨ ਆਫ ਦ ਏਅਰਪਲੇਨ ਵਾਜ਼ ਨੋ ਐਕਸੈਪਸ਼ਨ। ਜਿਹੜੀ ਏਅਰਪਲੇਨ ਦੀ ਇਨਵੈਂਸ਼ਨ ਸੀ ਉਹ ਵੀ ਇਸ ਚੀਜ਼ ਤੋਂ ਅਲੱਗ ਨਹੀਂ ਸੀ, ਲੋਕਾਂ ਨੇ ਇਸਦਾ ਵੀ ਬੜਾ ਮਜ਼ਾਕ ਬਣਾਇਆ। ਹਾਲਾਂਕਿ ਕਾਫੀ ਸਾਰੇ ਲੋਕਾਂ ਨੇ ਹੂ ਹਰਡ ਅਬਾਊਟ ਦਾ ਫਸਟ ਪਾਵਰਡ ਫਲਾਈਟ, ਜਿਨ੍ਹਾਂ ਨੇ ਪਹਿਲੀ ਪਾਵਰਡ ਫਲਾਈਟ ਬਾਰੇ ਸੁਣਿਆ ਕਦੋਂ, 17 ਦਸੰਬਰ 1903, ਵਰ ਐਕਸਾਈਟਡ ਐਂਡ ਇੰਪ੍ਰੈਸ, ਤਾਂ ਉਹ ਲੋਕ ਜਿਹੜੇ ਹੈਗੇ ਸੀ, ਮੈਨੀ ਪੀਪਲ ਵਰ ਐਕਸਾਈਟਡ ਐਂਡ ਇੰਪ੍ਰੈਸ, ਤਾਂ ਉਹ ਐਕਸਾਈਟਡ ਵੀ ਸੀ ਅਤੇ ਇੰਪ੍ਰੈਸਡ ਵੀ ਸੀ, ਯਾਰ ਵੀ ਆਹ ਚੀਜ਼ ਵੀ ਪੋਸੀਬਲ ਹੋ ਗਈ। ਸੋ ਦੇ ਵਰ ਟੇਕਿੰਗ ਦਿਸ ਥਿੰਗ ਔਨ ਅ ਪੋਜ਼ਿਟਿਵ ਨੋਟ। ਜਿਹੜੇ ਹੋਰ ਲੋਕ ਸੀ, ਅਦਰਸ ਰਿਐਕਟਡ ਵਿਦ ਦ ਵਿਦ ਪਰਲਸ ਆਫ ਲਾਫਟਰ। ਪਰਲਸ ਦਾ ਮਤਲਬ ਕੀ ਹੁੰਦਾ, ਸੀਰੀਜ਼ ਆਫ ਸਾਊਂਡ, ਲਾਊਡ ਸਾਊਂਡ, ਲਾਊਡ ਸਾਊਂਡ ਵਿਦ ਸੀਰੀਜ਼, ਹੈ ਨਾ, ਸੀਰੀਜ਼ ਸਮਝ, ਹਾ 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 ਹਾ, ਸੀਰੀਜ਼ ਆਈ ਨਾ ਅੰਦਰੋਂ। ਸੋ ਇਹ ਪੌਜ਼ ਲੈ ਕੇ ਹੱਸਣਾ, ਤਾਂ ਉਹ ਮਤਲਬ ਜਿਹੜੇ ਕੁਛ ਲੋਕਾਂ ਨੇ ਮਜ਼ਾਕ ਬਣਾਇਆ ਉਹਨਾਂ ਦਾ, ਠੀਕ ਹੈ, ਉਸ ਚੀਜ਼ ਦਾ ਵੀ ਯਾਰ ਇਹ ਚੀਜ਼ ਵੀ ਕਿਵੇਂ ਪੋਸੀਬਲ ਹੈ। ਹੁਣ ਦੇਖੋ ਉਹਨੇ ਗੱਲ ਕੀਤੀ ਦਾ ਆਈਡੀਆ ਆਫ ਫਲਾਇੰਗ, ਦੇਖੋ ਸਮਝ ਰਹੇ ਹੋ,
ਪਹਿਲੀ ਵਾਰ ਜੋ ਤੁਸੀਂ ਰੀਡ ਕਰੋਗੇ ਤੁਹਾਨੂੰ ਨਹੀਂ ਪਤਾ ਹੋਊਗਾ ਯਾਰ ਵੀ ਆਈਡੀਆ ਆਫ ਫਲਾਇੰਗ ਦੀ ਗੱਲ ਕੀਤੀ ਵੀ ਇਹ ਕੁਸ਼ਚਨ ਹੈ ਇਹ ਕੁਸ਼ਚਨ ਹੈ, ਲੇਕਿਨ ਜੋ ਤੁਸੀਂ ਇੱਕ ਵਾਰ ਜਨਰਲ ਤੁਹਾਨੂੰ ਕੰਪਲੀਟ ਆਈਡੀਆ ਹੋ ਜਾਊਗਾ, ਉਹ ਤੋਂ ਬਾਅਦ 'ਚ ਤੁਸੀਂ ਕੁਸ਼ਚਨ ਪੜ੍ਹ ਕੇ ਉਰੇ ਆਓਗੇ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਤਾਂ ਆਈਡੀਆ ਆਫ ਫਲਾਇੰਗ ਜਿਹੜਾ ਹੈਗਾ ਉਹ ਉਰੇ ਗੱਲ ਕੁਸ਼ਚਨ ਪੁੱਛਿਆ ਸੀ, ਹੁਣ ਮੈਨੂੰ ਉਹ ਆਨਸਰ ਲੱਭਣਾ ਚਾਹੀਦਾ ਤਾਂ ਉਰੇ ਆਨਸਰ ਕਿਵੇਂ ਲੱਭੂੰਗਾ? ਤਾਂ ਆਈਡੀਆ ਆਫ ਦਾ ਫਲਾਇੰਗ ਦ ਆਈਡੀਆ ਆਫ ਫਲਾਇੰਗ ਐਨ ਏਅਰਕ੍ਰਾਫਟ ਵਾਜ ਰਿਪਲਸਿਵ ਟੂ ਸਮ ਪੀਪਲ, ਤਾਂ ਉਹਨੇ ਕਿਹਾ ਵਾਜ ਰਿਪਲਸਿਵ ਟੂ ਸਮ ਪੀਪਲ, ਆਹ ਥੋੜ੍ਹਾ ਆਨਸਰ ਪਿਆ। ਰਿਪਲਸਿਵ ਦਾ ਮਤਲਬ ਕੀ ਹੁੰਦਾ? ਰਿਪੈਲ। ਰਿਪੈਲ ਦਾ ਮਤਲਬ ਕੀ ਹੁੰਦਾ? ਕਿਸੇ ਨੂੰ ਅਪੋਜ਼ ਕਰਨਾ, ਕਿਸੇ ਨੂੰ ਕੀ ਕਰਨਾ? ਅਪੋਜ਼ ਕਰਨਾ, ਅਵਰਸ ਕਰਨਾ। ਠੀਕ ਹੈ, ਚਲੋ ਹੁਣ ਦੇਖੋ ਕੀ ਪੁੱਛ ਰਿਹਾ ਸੀਗਾ। ਵਾਚ ਬਲੈਂਕ ਟੂ ਸਮ ਪੀਪਲ, ਬੋਰਿੰਗ ਲੱਗ ਰਿਹਾ ਸੀ, ਡਿਸਟੇਸਟਫੁੱਲ ਲੱਗ ਰਿਹਾ ਸੀ, ਐਕਸਾਈਟਿੰਗ ਲੱਗ ਰਿਹਾ ਸੀ, ਨੀਡਲੈਸ ਲੱਗ ਰਿਹਾ ਸੀ, ਵੀ ਇਹ ਕਰਨ ਦੀ ਜ਼ਰੂਰਤ ਨਹੀਂ ਹੈ? ਨਹੀਂ, ਉਹਨੇ ਤਾਂ ਰਿਪਲਸਿਵ ਯੂਜ਼ ਕੀਤਾ ਨਾ ਸ਼ਬਦ। ਰਿਪਲਸਿਵ ਦਾ ਮਤਲਬ ਲੋਕ ਉਸ ਤੋਂ ਉਹਨੂੰ ਡਿਸਲਾਈਕ ਕਰ ਰਹੇ ਸੀ। ਅਲਟੀਮੇਟਲੀ ਕੀ ਕਰ ਰਹੇ ਸੀ? ਡਿਸਲਾਈਕ, ਉਹਨਾਂ ਨੇ ਪਸੰਦ ਨਹੀਂ ਕੀਤਾ। ਅਗਰ ਉਹਨਾਂ ਨੇ ਪਸੰਦ ਨਹੀਂ ਕੀਤਾ ਤਾਂ ਨੈਗੇਟਿਵ ਵਰਡ ਹੈ, ਪੋਜ਼ਿਟਿਵ ਵਰਡ ਹੈ? ਜਿਹੜਾ ਰਿਪਲਸਿਵ ਸ਼ਬਦ ਲਿਖਿਆ ਹੋਇਆ ਤਾਂ ਇਹ ਨੈਗੇਟਿਵ ਵਰਡ ਹੈ, ਪੋਜ਼ਿਟਿਵ ਸ਼ਬਦ ਹੈ? ਨੈਗੇਟਿਵ। ਤਾਂ ਇਹਦੇ 'ਚੋਂ ਨੈਗੇਟਿਵ ਸ਼ਬਦ ਦੇਖੋ ਕਿਹੜਾ। ਸੋ ਇਹ ਤਾਂ ਨੀਡਲੈਸ, ਆਊਟ ਆਫ ਕੰਟੈਕਸਟ ਹੈ। ਐਕਸਾਈਟਿੰਗ ਦਾ ਪੋਜ਼ਿਟਿਵ ਸ਼ਬਦ ਆ ਕਿਹਾ ਨਹੀਂ ਹੋ ਸਕਦਾ। ਹੁਣ ਬੋਰਿੰਗ ਵੀ ਨਿਊਟਰਲ ਸ਼ਬਦ ਹੈ ਜਾਂ ਨੈਗੇਟਿਵ ਸ਼ਬਦ ਕਹਿ ਸਕਦੇ ਹਾਂ। ਡਿਸਟੇਸਟਫੁੱਲ ਦੇਖੋ, ਇਹਦਾ ਮਤਲਬ ਕੀ ਹੈ? ਕਿ ਜਿਹੜੇ ਇਨਸਾਨ ਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ, ਹੈ ਨਾ। ਜਿਵੇਂ ਸਪੋਜ਼ ਕਰ ਲਓ ਤੁਸੀਂ ਫਿਲਮ ਦੇਖਣ ਚਲੇ ਗਏ, ਹੁਣ ਉਹ ਫਿਲਮ ਦੇਖਦੇ ਦੇਖਦੇ ਤੁਹਾਨੂੰ ਫਿਲਮ ਇੰਨੀ ਭੱਦੀ ਲੱਗੀ ਆ, ਫਿਲਮ ਵਧੀਆ ਨਹੀਂ ਲੱਗੀ, ਅਨਪਲੀਜੈਂਟ ਜਿਹਨੂੰ ਆਪਾਂ ਕਹਿੰਦੇ, ਠੀਕ, ਜਾਂ ਫਿਰ ਓਫੈਂਸਿਵ। ਸੋ ਉਹ ਚੀਜ਼ ਨੂੰ ਕਹਿੰਦੇ ਹਾਂ ਵੀ ਫਿਲਮ ਚੰਗੀ ਨਹੀਂ ਲੱਗੀ, ਹੈ ਨਾ, ਤੁਹਾਨੂੰ ਅੱਕ ਗਏ ਤੁਸੀਂ ਉਸ 'ਚੋਂ ਯਾਰ ਵੀ ਕੀ ਫਿਲਮ ਬਣਾਈ ਹੈ ਯਾਰ, ਕੀ ਬੋਲੀ ਜਾਂਦੇ ਨੇ, ਕੋਈ ਸਟੋਰੀ ਲਾਈਨ ਨਹੀਂ, ਕੋਈ ਐਕਟਿੰਗ ਨਹੀਂ, ਕੋਈ ਕੁਛ ਨਹੀਂ, ਹੈ ਨਾ, ਕੋਈ ਗਾਣੇ ਨਹੀਂ, ਉੱਠ ਕੇ ਬਾਹਰ ਆ ਗਏ। ਦੈਟ ਇਜ਼ ਕਾਲਡ ਡਿਸਟੇਸਟਫੁੱਲ, ਜਿਹੜੀ ਚੀਜ਼ ਟੇਸਟ ਨਹੀਂ ਲੱਗਿਆ, ਜਿਸ 'ਚ ਟੇਸਟ ਨਹੀਂ, ਮਜ਼ਾ ਨਹੀਂ ਆਇਆ। ਸੋ ਇਸ ਕਰਕੇ ਸਹੀ ਮੋਸਟ ਅਪਰੋਪਰੀਏਟ ਆਂਸਰ ਕੀ ਹੋਵੇਗਾ? ਰਿਪਲਸਿਵ ਦਾ ਡਿਸਟੇਸਟਫੁੱਲ ਆਂਸਰ ਆ ਗਿਆ। ਸੋ ਐਵੇਂ ਤੁਸੀਂ ਪੜ੍ਹਨਾ। ਹੁਣ ਆਪਾਂ ਪਹਿਲਾਂ ਪੈਸੇਜ ਇੱਕ ਵਾਰ ਪੜ੍ਹ ਲੈਂਦੇ ਹਾਂ, ਉਦੋਂ ਬਾਅਦ 'ਚ ਕੁਸ਼ਚਨ ਪੜ੍ਹਾਂਗੇ, ਤੁਹਾਨੂੰ ਸਾਰਾ ਸਮਝ ਆ ਜਾਊਗਾ। ਠੀਕ, ਹਾਂ ਚਲੋ, ਠੀਕ ਹੈ, ਚਲੋ ਦੂਸਰਾ ਕੁਸ਼ਚਨ ਆਪਾਂ ਪੜ੍ਹ ਹੀ ਲੈਂਦੇ ਹਾਂ ਨਾਲ ਦੀ ਨਾਲ, ਆ ਜਾਓ। ਉਸ ਤੋਂ ਦੇਖੋ ਤੁਸੀਂ ਤਾਂ ਇੱਕ ਵਾਰ ਪੈਸੇ ਪੜ੍ਹ ਲਿਆ ਨਾ। ਦਾ ਨੈਗੇਟਿਵ ਰਿਐਕਸ਼ਨਸ ਆਫ ਦਾ ਐਕਸਪੈਰੀਮੈਂਟ ਰਿਪੈਲਡ ਰਾਈਟ ਬ੍ਰਦਰਸ ਟੂ ਕੰਟੀਨਿਊ ਇਨ। ਹੁਣ ਜਿਹੜੇ ਨੈਗੇਟਿਵ ਰਿਐਕਸ਼ਨ ਸੀਗੇ ਰਾਈਟ ਬ੍ਰਦਰਸ ਦੇ, ਹੈ ਨਾ, ਨੈਗੇਟਿਵ ਰਿਐਕਸ਼ਨਸ ਆਫ ਦਾ ਐਕਸਪੈਰੀਮੈਂਟ, ਐਕਸਪੈਰੀਮੈਂਟ ਦੇ ਜਿਹੜੇ ਨੈਗੇਟਿਵ ਰਿਐਕਸ਼ਨਸ ਨਿਕਲ ਕੇ ਆਏ, ਉਹਨਾਂ ਨੇ ਕੀ ਕੀਤਾ? ਰਿਪੈਲ ਕੀਤਾ। ਰਿਪੈਲ ਦਾ ਮਤਲਬ ਕੀ ਹੈ? ਅਪੋਜ਼ ਕੀਤਾ। ਕਿਹਨੂੰ? ਰਾਈਟ ਬ੍ਰਦਰਸ ਨੂੰ, ਟੂ ਕੰਟੀਨਿਊ ਇਨ, ਕਿ ਉਹ ਕਿਹਦੇ ਵਿੱਚ ਕੰਟੀਨਿਊ ਕਰਨ। ਹੁਣ ਦੇਖੋ ਆਪਸ਼ਨ ਦਿੱਤੇ ਹੋਏ ਨੇ, ਆਪਾਂ ਨੂੰ ਨਹੀਂ ਪਤਾ, ਪੜ੍ਹਨ ਦੀ ਲੋੜ ਨਹੀਂ, ਤੌਰੇ ਆ ਜਾਓ, ਆਪਾਂ ਦੇਖਦੇ ਹਾਂ ਕਿ ਕਿੱਥੇ ਨੈਗੇਟਿਵ ਰਿਐਕਸ਼ਨਸ ਕਿੱਥੇ ਲਿਖਿਆ ਹੋਇਆ ਕਿ ਸੱਚ ਪੀਪਲ ਆਰ ਕਾਲਡ ਵਿਲਬਰ ਐਂਡ ਔਰ ਵਿਲੀ, ਰਾਈਟ, ਹੈ ਨਾ। ਸੋ ਸੱਚ ਪੀਪਲ ਕਾਲਡ, ਜਿਹੜੇ ਲੋਕ ਜਿਹੜੇ ਹੈਗੇ ਸੀ ਰਿਪਲਸਿਵ ਸੀਗੇ, ਉਹਨਾਂ ਨੇ ਵਿਲਬਰ ਨੂੰ ਅਤੇ ਓਲੀ ਔਰਵਿਲ ਨੂੰ, ਵਿਲਬਰ ਅਤੇ ਔਰਵਿਲ ਕੌਣ ਨੇ? ਰਾਈਟ ਬ੍ਰਦਰਸ ਨੂੰ, ਸਭ ਨੂੰ ਪਤਾ ਕਿ ਜਿਹਨੇ ਪਲੇਨ ਇਨਵੈਂਟ ਕੀਤਾ। ਦ ਇਨਵੈਂਟਰਸ ਆਫ ਦਾ ਫਸਟ ਫਲਾਇੰਗ ਮਸ਼ੀਨ, ਮੈਂਸ਼ਨ ਵੀ ਕਰਤਾ। ਇੰਪਲਸਿਵ ਫੂਲਸ, ਤਾਂ ਜਿਹੜੇ ਉਹ ਲੋਕ ਨੈਗੇਟਿਵ ਰਿਪਲਸਿਵ ਸੀਗੇ, ਉਹਨਾਂ ਨੇ ਇਹਨਾਂ ਦੋਵਾਂ ਨੂੰ ਕੀ ਕਿਹਾ? ਇੰਪਲਸਿਵ ਫੂਲਸ ਕਿਹਾ। ਹੁਣ ਉਰੇ ਇੰਪਲਸਿਵ ਦਾ ਮਤਲਬ ਕੀ ਹੈ ਦੋਸਤੋ? ਇੰਪਲਸਿਵ ਰਿਐਕਸ਼ਨ ਦਾ ਮਤਲਬ ਕੀ ਹੈ? ਕਿ ਜਿਹੜਾ ਵਿਦਾਊਟ ਥੋਟ ਹੋਵੇ, ਬਿਨਾਂ ਸੋਚੇ ਹੋਵੇ, ਹੈ ਨਾ। ਇੰਪਲਸਿਵ ਸਲੈਪ, ਤਾਂ ਉਹਨੇ ਬਿਨਾਂ ਸੋਚੇ ਚਪੇੜ ਜੜਤੀ। ਸੋ ਦੈਟ ਇਜ਼ ਕਾਲਡ ਇੰਪਲਸ਼ਨ। ਇੰਪਲਸ਼ਨ ਦਾ ਮਤਲਬ ਕੀ ਹੈ? ਵੀ ਜਾ ਰਹੀ ਸੀ ਐਵੇਂ ਨਿਊਟਰਲ, ਇੱਕਦਮ ਸਪਾਈਕ ਆ ਗਈ, ਤਾਂ ਉਹਨੂੰ ਇੰਪਲਸ਼ਨ ਕਹਿੰਦੇ ਨੇ, ਬਿਨਾਂ ਸੋਚੇ। ਸੋ ਇਹਦਾ ਮਤਲਬ ਕੀ ਹੈ? ਵਿਦਾਊਟ ਥੋਟ, ਠੀਕ ਹੈ। ਨੈਗੇਟਿਵ ਰਿਐਕਸ਼ਨਸ ਹਾਊਐਵਰ, ਨੈਗੇਟਿਵ ਰਿਐਕਸ਼ਨ ਦੀ ਗੱਲ ਕੀਤੀ ਨਹੀਂ, ਕੱਲ੍ਹ ਕੀਤੀ ਸੀ ਨਾ, ਨੈਗੇਟਿਵ ਰਿਐਕਸ਼ਨਸ ਨੇ ਫਿਰ ਵੀ ਡਿਡ ਨੋਟ ਸਟੋਪ ਦਾ ਰਾਈਟ, ਤਾਂ ਉਹਨਾਂ ਨੂੰ ਕੀ ਹੈ? ਰੋਕ ਨਹੀਂ ਪਾਈ, ਹੈ ਨਾ। ਸੋ ਇੰਪੈਲਡ ਬਾਈ ਦਾ ਡਿਜ਼ਾਇਰ ਟੂ ਸਕਸੀਡ, ਹੁਣ ਫੁੱਲ ਸਟੋਪ ਲੱਗ ਗਿਆ, ਇੰਪੈਲਡ ਬਾਈ ਦਾ ਡਿਜ਼ਾਇਰ ਟੂ ਸਕਸੀਡ ਦੇ ਕੰਟੀਨਿਊਡ ਦੇਅਰ ਐਕਸਪੈਰੀਮੈਂਟਸ ਇਨ ਏਵੀਏਸ਼ਨ।
ਤਾਂ ਇੰਪੈਲ ਦਾ ਮਤਲਬ, ਜਿਵੇਂ ਕੰਪੈਲ ਦਾ ਮਤਲਬ ਧੱਕਾ ਮਾਰਨਾ, ਫੋਰਸ, ਤਾਂ ਇੰਪੈਲਿੰਗ ਦਾ ਮਤਲਬ ਵੀ ਕੀ ਹੁੰਦੀ ਹੈ, ਜਿਹੜੀ ਅੰਦਰੋਂ ਅਰਜ ਹੁੰਦੀ ਹੈ, ਫੋਰਸ ਹੁੰਦੀ ਹੈ। ਤਾਂ ਜਿਹੜੀ ਉਹ ਡਿਜ਼ਾਇਰ ਸੀਗੀ, ਡਿਜ਼ਾਇਰ ਜਿਹੜੀ ਹੈਗੀ ਸੀ, ਉਹ ਕੀ ਕਰ ਰਹੀ ਸੀ, ਧੱਕਾ ਦੇ ਰਹੀ ਸੀ। ਧੱਕਾ ਕਿਸ ਚੀਜ਼ ਨੂੰ ਦੇ ਰਹੀ ਸੀ ਕਿ ਅਸੀਂ ਕੀ ਕਰਨਾ, ਸਕਸੀਡ ਕਰਨਾ। ਅੰਦਰੋਂ ਹੁੰਦੀ ਹੈ ਨਾ ਇੱਕ ਅੱਗ ਹੁੰਦੀ ਹੈ ਜਿਹੜੀ, ਵੀ ਯਾਰ ਹਾਂ ਉਹ ਅਰਜ ਪ੍ਰੋਡਿਊਸ ਹੋ ਰਹੀ ਹੈ, ਤਾਂ ਉਹ ਅਰਜ ਧੱਕਾ ਦੇ ਰਹੀ ਹੈ ਮੈਨੂੰ ਯਾਰ ਕਿ ਮੈਂ ਸਕਸੈਸਫੁਲੀ ਜਾਵਾਂ। ਸੋ ਇਹ ਮੀਨਿੰਗ ਹੈ ਇਹਦਾ। ਸੋ ਪਤਾ ਲੱਗ ਗਿਆ ਇਹਦਾ ਮਤਲਬ। ਹਾਂ, ਡਿਜ਼ਾਇਰ ਟੂ ਸਕਸੀਡ, ਦੇ ਕੰਟੀਨਿਊਡ ਦੇਅਰ ਐਕਸਪੈਰੀਮੈਂਟਸ ਇਨ ਏਵੀਏਸ਼ਨ। ਸੋ ਅੰਦਰੋਂ ਜਿਹੜੀ ਡਿਜ਼ਾਇਰ ਸੀ, ਲੋਕ ਨੈਗੇਟਿਵ ਕਹਿ ਰਹੇ ਨੇ ਕਹੀ ਜਾਣ ਦਿਓ, ਲੇਕਿਨ ਜਿਹੜੀ ਅੰਦਰੋਂ ਊਰਜਾ ਸੀ ਉਹ ਕਹਿੰਦੀ ਸੀ ਯਾਰ ਵੀ ਹਾਂ ਅਸੀਂ ਤਾਂ ਕੰਟੀਨਿਊ ਕਰਨਾ ਹੈ। ਕੀ ਕੰਟੀਨਿਊ ਕਰਨਾ? ਆਪਣੇ ਐਕਸਪੈਰੀਮੈਂਟਸ ਕਿਹਦੇ ਵਿੱਚ? ਏਵੀਏਸ਼ਨ ਦੇ ਵਿੱਚ। ਹੁਣ AVI ਇੱਕ ਰੂਟ ਵਰਡ ਹੁੰਦਾ ਜਿਹਦਾ ਮਤਲਬ ਹੁੰਦਾ ਉੱਡਣਾ। ਏਵੀਏਸ਼ਨ ਦਾ ਮਤਲਬ ਕੀ ਹੁੰਦਾ ਕਿ ਜਦੋਂ ਏਅਰਪਲੇਨ ਹੈ ਜਾਂ ਐਰੋਪਲੇਨ ਹੈ, ਸੋ ਉਹਦਾ ਡਿਜ਼ਾਈਨ ਅਤੇ ਉਹਦੀ ਬਿਲਡਿੰਗ ਕਿਵੇਂ ਉਹਨੂੰ ਬਣਾਉਣਾ, ਤਾਂ ਉਹਨੂੰ ਏਵੀਏਸ਼ਨ ਕਹਿੰਦੇ ਨੇ। ਦਾ ਸਾਇੰਸ ਬਿਹਾਈਂਡ ਦਾ ਏਅਰਕ੍ਰਾਫਟ, ਦੈਟ ਇਜ਼ ਕਾਲਡ ਏਵੀਏਸ਼ਨ। ਸੋ ਉਹਦੀ ਗੱਲ ਕੀਤੀ। ਸੋ ਇਹਦਾ ਆਂਸਰ ਆਪਾਂ ਦੇਖ ਲੈਂਦੇ ਹਾਂ ਕੀ ਬਣੂਗਾ। ਹੁਣ ਦੇਅਰ ਇਨਵੈਂਸ਼ਨ ਆਫ ਮਸ਼ੀਨ ਟੂ ਅਬੈਂਡਨ ਦਾ ਐਫਰਟ, ਵੀ ਐਫਰਟ ਨੂੰ ਅਬੈਂਡਨ ਕਰਨਾ, ਇਹ ਗੱਲ ਕਰ ਰਹੇ? ਨਹੀਂ, ਉਹਨਾਂ ਨੇ ਤਾਂ ਯਾਰ ਦੇਖਦੇ ਦੇਖਦੇ ਉਹਨਾਂ ਨੇ ਕਿਹਾ ਯਾਰ ਵੀ ਉਹਨਾਂ ਨੂੰ ਇਗਨੋਰ ਕਰਦੇ, ਜਿਹੜੀ ਅੰਦਰੋਂ ਅਰਜ ਸੀ ਉਹ ਤਾਂ ਕਹਿ ਰਹੀ ਸੀ ਵੀ ਕੰਟੀਨਿਊ ਕਰਨੀ ਆ ਸੀ ਆਪਣੀ ਐਕਸਪੈਰੀਮੈਂਟਸ ਏਵੀਏਸ਼ਨ ਦੇ ਵਿੱਚ। ਸੋ ਇਹ ਤਾਂ ਨਹੀਂ ਹੋ ਸਕਦਾ। ਟੂ ਸਟੋਪ ਦੇਅਰ ਡਿਜ਼ਾਇਰ, ਸਟੋਪ ਵੀ ਨਹੀਂ ਹੈ। ਟੂ ਸਰਚ ਮੋਰ ਆਪਸ਼ਨ ਫੋਰ ਫਲਾਇੰਗ, ਹੋਰ ਆਪਸ਼ਨਸ ਦੀ ਗੱਲ ਨਹੀਂ ਕਰ ਰਿਹਾ ਆਪਣੀ, ਕਿਹਦੀ ਗੱਲ ਕਰ ਰਿਹਾ? ਐਕਸਪੈਰੀਮੈਂਟਸ ਇਨ ਕਿਹਦੇ ਵਿੱਚ? ਏਵੀਏਸ਼ਨ ਦੇ ਵਿੱਚ। ਸੋ ਇਨ ਐਕਸਪੈਰੀਮੈਂਟਸ ਮਤਲਬ ਇਨਵੈਂਸ਼ਨ। ਸੋ ਇਹਦਾ ਮਤਲਬ ਜਿਹੜੀ ਮਸ਼ੀਨ ਉਹ ਬਣਾਉਣ ਦੇ ਵਿੱਚ ਤੁਲੇ ਹੋਏ ਸੀ, ਕਿਹੜੀ? ਏਅਰਕ੍ਰਾਫਟ। ਸੋ ਇਸ ਕਰਕੇ ਮੋਸਟ ਅਪਰੋਪਰੀਏਟ ਆਂਸਰ ਵੁੱਡ ਬੀ ਏ। ਆਈ ਹੋਪ ਕਿ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਕੁਐਸਚਨ ਦੇ ਤਰਫ ਚੱਲਦੇ ਹਾਂ ਜੀ। ਪੀਪਲ ਥੋਟ ਦੈਟ ਦ ਰਾਈਟ ਬ੍ਰਦਰਸ ਹੈਡ, ਲੋਕ ਕੀ ਸੋਚਦੇ ਸੀ ਉਹਨਾਂ ਦੇ ਬਾਰੇ? ਕੁਐਸਚਨ ਨੂੰ ਧਿਆਨ ਨਾਲ ਸਮਝਣਾ ਕਿ ਲੋਕ ਕੀ ਸੋਚਦੇ ਸੀ। ਐਕਟਡ ਵਿਦਆਊਟ ਥਿੰਕਿੰਗ, ਰਾਈਟ ਬ੍ਰਦਰਸ ਹੈਡ ਐਕਟਡ ਵਿਦਆਊਟ ਥਿੰਕਿੰਗ, ਜਿਹੜੇ ਰਾਈਟ ਬ੍ਰਦਰਸ ਸੀ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਿਹੜਾ ਵੀ ਕੰਮ ਕੀਤਾ ਅੱਗੇ ਵੱਧ ਰਹੇ ਸੀ, ਜਿਵੇਂ ਵੀ ਐਕਟ ਕੀਤਾ ਵਿਦਆਊਟ ਥਿੰਕਿੰਗ। ਹੈਡ ਬੀਨ ਨੈਗੇਟਿਵਲੀ ਇਨਫਲੂਐਂਸਡ, ਵੀ ਉਹਨਾਂ 'ਤੇ ਕੋਈ ਨੈਗੇਟਿਵ ਪ੍ਰਭਾਵ ਪਿਆ ਸੀਗਾ। ਬਹੁਤ ਹੈਡ ਬੀਨ ਟੂ ਕੋਸ਼ੀਅਸ, ਕੋਸ਼ੀਅਸ ਦਾ ਮਤਲਬ ਕੇਅਰਫੁਲ, ਬਹੁਤ ਜ਼ਿਆਦਾ ਕੇਅਰਫੁਲ ਸੀ, ਬਹੁਤ ਜ਼ਿਆਦਾ ਚੁਕੰਨੇ ਸੀ ਕਿਸੇ ਚੀਜ਼ ਨੂੰ ਲੈ ਕੇ। ਹੈਡ ਬੀਨ ਮਿਸਟੇਕਨ, ਵੀ ਉਹਨਾਂ ਤੋਂ ਗਲਤੀ ਹੋ ਗਈ ਸੀ। ਲੋਕ ਕੀ ਸੋਚਦੇ ਸੀ? ਹੁਣ ਦੇਖੋ ਇਹ ਜਿਹੜਾ ਕੁਐਸਚਨ ਹੈ ਨਾ, ਇਹ ਕੁਐਸਚਨ ਜੋ ਤੁਸੀਂ ਪੈਸੇ 'ਚ ਇੱਕ ਵਾਰ ਪਹਿਲਾਂ ਸਕੀਮਿੰਗ ਕੀਤੀ ਹੋਊਗੀ, ਹੁਣ ਤਾਂ ਆਪਾਂ ਦੂਸਰੀ ਵਾਰ ਪੜ੍ਹ ਰਹੇ, ਜੋ ਤੁਸੀਂ ਪਹਿਲਾਂ ਸਕੀਮਿੰਗ ਕੀਤੀ ਉਹ ਤਾਂ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਆਪਾਂ ਉਹਦੇ ਪੜ੍ਹੇ। ਓਰਵਿਲੀ ਐਂਡ ਵਿਲਬਰ ਰਾਈਟਸ ਹੈਡ ਆਲਵੇਜ਼ ਅ ਕੰਪੈਲਿੰਗ ਇੰਟਰਸਟ ਇਨ ਐਰੋਨੋਟਿਕਸ ਐਂਡ ਮਕੈਨਿਕਸ, ਐਜ ਯੰਗ ਬੋਇਜ਼ ਦੇ ਅਰਨਡ ਮਨੀ ਬਾਏ ਮੇਕਿੰਗ ਐਂਡ ਸੈਲਿੰਗ ਕਾਈਟਸ ਐਂਡ ਮਕੈਨੀਕਲ ਟੋਇਜ਼ ਲੇਟਰ ਦੇ ਵਗੈਰਾ। ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਸ ਤੋਂ ਬਾਅਦ ਲੋਕਾਂ ਨੇ ਉਹਨਾਂ ਦੇ ਬਾਰੇ ਕੁਛ ਨਹੀਂ ਸੋਚਿਆ। ਆਹ ਪੈਰਿਸ, ਆਹ ਪੈਰਿਸ, ਕਿਤੇ ਵੀ ਇਹ ਗੱਲ ਨਹੀਂ ਲਿਖੀ ਹੋਈ। ਤੁਹਾਨੂੰ ਇਹ ਗੱਲ ਸਮਝ ਆ ਜੂਗੀ ਵੀ ਜਿਹੜੀ ਲੋਕਾਂ ਨੇ ਉਹਦੇ ਬਾਰੇ ਸੋਚਿਆ ਸੀ ਉਹ ਪਹਿਲੇ ਕਿਤੇ ਉਰੀ ਹੋਊਗਾ, ਇਦੂ ਬਾਅਦ 'ਚ ਕਿਤੇ ਨਹੀਂ ਹੋਊਗਾ। ਸੋ ਇਸ ਕਰਕੇ ਤੁਸੀਂ ਉਰੇ ਧਿਆਨ ਨਾਲ ਦੇਖੋਗੇ ਇੱਕ ਲਾਈਨ ਲਿਖੀ ਹੋਈ ਹੈ, ਕਿਹੜੀ ਲਾਈਨ ਲਿਖੀ ਹੈ? ਸੱਚ ਪੀਪਲ ਕਾਲਡ, ਲੋਕ ਹੀ ਉੱਥੇ ਕਹਿ ਰਹੇ ਹਨ ਜਿਹੜੇ ਲੋਕ ਉਹਨਾਂ ਦੇ ਆਈਡੀਆਜ਼ ਤੋਂ ਕੀ ਸੀ, ਰਿਪਲਸਨ ਸੀਗੇ, ਅਵਰਸ ਸੀਗੇ ਉਹਨਾਂ ਦੇ, ਵੀ ਯਾਰ ਹਾਂ ਵੀ ਇਹ ਆਈਡੀਆ ਜਿਹੜਾ ਹੈਗਾ ਉਸ ਦੇ ਖਿਲਾਫ ਸੀਗੇ। ਸੋ ਸੱਚ ਪੀਪਲ ਕਾਲਡ ਵਿਲਬਰ ਐਂਡ ਓਰਵਿਲੀ ਰਾਈਟ ਦ ਇਨਵੈਂਟਰਸ, ਇਹਨਾਂ ਨੂੰ ਕੀ ਕਿਹਾ? ਇੰਪਲਸਿਵ ਫੂਲਸ। ਇੰਪਲਸਿਵ ਦਾ ਮਤਲਬ ਮੈਂ ਤੁਹਾਨੂੰ ਕੀ ਕਿਹਾ? ਵਿਦਆਊਟ ਥੋਟ, ਵੀ ਬਿਨਾਂ ਸੋਚੇ ਸਮਝੇ ਚੱਲ ਰਹੇ, ਲੋਕ ਇਹ ਸੋਚਦੇ ਸੀ। ਸੋ ਆਹ ਕੁਐਸਚਨ ਜਿਹੜਾ ਬਣਦਾ ਨਾ, ਇਹ ਕੁਐਸਚਨ ਬਹੁਤ ਘੈਂਟ ਬਣਦਾ। ਸੋ ਇਸ ਕਰਕੇ ਉਹਨਾਂ ਨੇ ਕੀ ਕਿਹਾ? ਲੋਕ ਕੀ ਸੋਚਦੇ ਸੀ ਕਿ ਉਹਨਾਂ ਨੇ ਕੀ ਕੀਤਾ? ਐਕਟਡ ਵਿਦਆਊਟ ਥਿੰਕਿੰਗ, ਇੰਪਲਸਿਵ ਫੂਲਸ। ਸੋ ਇਸ ਕਰਕੇ ਸਹੀ ਆਂਸਰ ਜੋ ਆਵੇਗਾ ਉਹ ਇਹ ਆਵੇਗਾ। ਸੋ ਇਹ ਕੁਐਸਚਨ, ਇਸ ਤਰੀਕੇ ਦਾ ਕੁਐਸਚਨ ਜੋ ਹੈ ਨਾ, ਉਹ ਉਲਝਾ ਲਓ, ਕਿਉਂਕਿ ਸਿੱਧੀ ਸਿੱਧੀ ਗੱਲ ਨਹੀਂ ਲਿਖੀ ਹੋਈ ਵੀ ਵਿਦਆਊਟ ਥਿੰਕਿੰਗ, ਉਹਨਾਂ ਨੇ ਇੰਪਲਸਿਵ ਫੂਲਸ ਲਿਖਿਆ। ਇੰਪਲਸਿਵ ਦਾ ਮਤਲਬ ਪਤਾ ਹੋਣਾ ਚਾਹੀਦਾ ਯਾਰ, ਇੰਪਲਸਿਵ ਡਿਸੀਜ਼ਨ ਦਾ ਮਤਲਬ ਕੀ ਹੈ? ਇਨ ਦਾ ਹੀਟ ਆਫ ਦਾ ਮੂਵਮੈਂਟ ਯੂ ਟੁੱਕ ਦਾ ਡਿਸੀਜ਼ਨ ਵਿਦਆਊਟ ਐਨੀ ਥਿੰਕਿੰਗ, ਹੈ ਨਾ? ਦੈਟ ਇਜ਼ ਕਾਲਡ ਦਿਸ। ਸੋ ਆਂਸਰ ਕੀ ਆ ਗਿਆ? ਏ। ਨੈਕਸਟ ਕੁਐਸਚਨ ਦੇਖੋ, ਉਹੀ ਕਹਿ ਰਹੇ ਕਿ ਪੈਸੇਜ ਨੂੰ ਸੋਲਵ ਕਰਨ ਉੱਥੇ ਆਪਾਂ ਮੱਥਾ ਨਹੀਂ ਟੇਕਣਾ, ਇਹਨੂੰ ਬੈਠ ਕੇ ਇਹਦੇ ਮੂਹਰੇ ਜੋ ਤੋਂ ਪੱਤੇ ਨਹੀਂ ਲਾਉਣੇ, ਆਪਾਂ ਇਹਨੂੰ ਸੋਲਵ ਕਰਕੇ ਅੱਗੇ ਵਧਣਾ। ਸੋ ਸਮਾਰਟ ਅਪਰੋਚ, ਤਾਂ
ਮਾਈਂਡ ਜੋ ਹੈ ਸੁਪਰ ਐਕਟਿਵ ਹੋਣਾ ਚਾਹੀਦਾ ਇਸ ਟਾਈਮ 'ਤੇ। ਦ ਰਾਈਟਸ ਇੰਟਰਸਟ, ਉਹ ਭਾਈਆਂ ਦਾ ਇੰਟਰਸਟ ਸੀ ਇਨ ਫਲਾਈਟ ਗਰਿਊ, ਇਹ ਕਿੱਥੇ ਤੱਕ ਗਰਿਊ ਕਰ ਗਿਆ ਦੇਖਦੇ ਹਾਂ ਆਪਾਂ। ਹੁਣ ਗਰਿਊ ਸ਼ਬਦ ਕਿਤੇ ਨਾ ਕਿਤੇ ਲਿਖਿਆ ਹੋਊਗਾ ਉਹਨਾਂ ਦੇ ਇੰਟਰਸਟ, ਇੰਟਰਸਟ ਹੋ ਗਿਆ, ਗਰਿਊ ਹੋ ਗਿਆ। ਸੋ ਇਹ ਚੀਜ਼ ਤੁਸੀਂ ਹੁਣ ਸਰਚ ਕਰੋ, ਆ ਜਾਓਗੇ ਉਹ ਗੇਅਰ ਐਜ ਯੰਗ ਬੋਇਜ਼ ਅਰਨ ਮਨੀ ਬਾਏ, ਉਹਨੇ ਪੈਸੇ ਪੂਹੇ ਕਮਾਏ ਪਤੰਗ ਵੇਚ ਕੇ, ਮੈਕੈਨੀਕਲ ਟੋਇਜ਼ ਵੇਚ ਕੇ, ਲੇਟਰ ਦੇ ਡਿਜ਼ਾਇਨ ਦਾ ਨਿਊਜ਼ ਪੇਪਰ ਫੋਲਡਿੰਗ ਮਸ਼ੀਨ, ਬਿਲਟ ਆ ਪ੍ਰਿੰਟਿੰਗ ਪ੍ਰੈਸ। ਸੋ ਇਹ ਸਾਰੀਆਂ ਚੀਜ਼ਾਂ ਕੀਤੀਆਂ ਐਂਡ ਓਪਰੇਟਡ ਆ ਬਾਈਸਾਈਕਲ ਰਿਪੇਅਰ ਸ਼ੋਪ ਇਨ 1896 ਦੇ ਵੈਨ ਦੇ ਰੈਡ ਅਬਾਊਟ ਦਾ ਡੈਥ ਆਫ ਦਾ ਓਟੋ ਐਲ, ਜੋ ਵੀ ਨਾਮ ਹੈ, ਦ ਬ੍ਰਦਰਸ ਇੰਟਰਸਟ ਇਨ ਫਲਾਈਟ, ਦੇਖੋ ਉਹ ਲਿਖਿਆ ਹੈ ਨਾ, ਦ ਬ੍ਰਦਰਸ ਇੰਟਰਸਟ ਇਨ ਫਲਾਈਟ ਗਰਿਊ ਟੂ ਅ ਕੰਪਲਸ਼ਨ, ਲਿਖਤੀ ਨਾ ਇਹ ਗੱਲ। ਜਦੋਂ ਤੁਸੀਂ ਸੈਕਿੰਡ ਟਾਈਮ ਪੜ੍ਹੋਗੇ ਪਹਿਲਾਂ ਸਕੀਮਿੰਗ ਤੁਹਾਨੂੰ ਆਈਡੀਆ ਹੋਊਗਾ ਵੀ ਉਰੇ ਕਿਤੇ ਲਿਖਿਆ ਹੋਇਆ ਸੀ, ਜੋ ਤੁਸੀਂ ਕੁਐਸਚਨ ਪੜ੍ਹ ਕੇ ਹੁਣ ਪੜ੍ਹ ਰਹੇ ਹੋ ਤਾਂ ਤੁਹਾਡੀ ਅੱਖਾਂ ਟਿੱਕੀਆਂ ਹੋਈਆਂ ਨੇ ਇੰਟਰਸਟ ਜਾਂ ਗ੍ਰਿਊ ਸ਼ਬਦ 'ਤੇ, ਸੋ ਤੁਹਾਨੂੰ ਉਹ ਸ਼ਬਦ ਉੱਥੇ ਲੱਭ ਗਏ। ਸੋ ਇਹੀ ਚੀਜ਼ ਸਮਝਣਾ ਸੀ। ਹੁਣ ਤੁਸੀਂ ਦੇਖੋਗੇ ਇੰਟਰਸਟ ਇਨ ਟੂ ਕੰਪਲਸ਼ਨ, ਕੰਪਲਸ਼ਨ ਦਾ ਮਤਲਬ ਕੀ ਹੈ, ਮਸਟ ਹੈ ਨਾ, ਮੈਂ ਕਹਿ ਰਿਹਾ ਯਾਰ ਕੰਮ ਕਰੋ ਇਹ। ਸੋ ਕੰਪਲਸ਼ਨ ਦਾ ਮਤਲਬ ਕੀ ਹੈ ਵੀ ਜਿਸ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਜਿਹੜੀ ਚੀਜ਼ ਹੁਣ ਕਰਨੀ ਪਊ, ਸਮੇਂ ਆ ਗਿਆ ਬੇਟਾ ਪੜ੍ਹ ਲਓ ਹੈ ਨਾ, ਹੁਣ ਇਹ ਕੰਪੈਲਿੰਗ ਹੋ ਗਿਆ। ਤਾਂ ਕੰਪੈਲਿੰਗ ਆਈਡੀਆ ਕੰਪਲਸ਼ਨ ਦਾ ਮਤਲਬ ਕੀ ਹੈ ਕਿ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਹੁਣ ਇਸ 'ਤੇ ਕੰਮ ਕਰਨਾ ਹੀ ਪਏਗਾ। ਤਾਂ ਇਹਦਾ ਮਤਲਬ ਇਹ ਦੇਖਦੇ ਹੋ ਕਿ ਕਹਿ ਰਹੇ ਗਰਿਊ ਇਨ ਟੂ ਫਾਈਨੈਂਸ਼ੀਅਲ ਇੰਪਾਇਰ, ਫਾਈਨੈਂਸ਼ੀਅਲ ਇੰਪਾਇਰ ਬਣ ਗਿਆ ਯਾਰ, ਨਹੀਂ ਇੰਟਰਸਟ ਤਾਂ ਫਾਈਨੈਂਸ਼ੀਅਲ ਇੰਪਾਇਰ ਤਾਂ ਬਣਿਆ ਹੀ ਨਹੀਂ, ਉਹ ਤਾਂ ਪੈਸੇ ਕਮਾਏ ਸੀ ਥੋੜ੍ਹੇ ਬਹੁਤ, ਜਿਹੜੇ ਉੱਥੋਂ ਕਮਾਏ ਸੀ ਕਦੇ ਕੀ ਬਣਾ ਲਿਆ ਕੀ ਬਣਾ ਲਿਆ। ਗਰਿਊ ਇਨ ਟੂ ਅ ਪਲੈਨ, ਕੀ ਉਹ ਪਲੈਨ ਬਣ ਗਿਆ, ਨੀਡ ਟੂ ਐਕਟ, ਫੁਲਿਸ਼ ਥੋਟ, ਹੁਣ ਫੁਲਿਸ਼ ਥੋਟ ਤਾਂ ਨਹੀਂ ਸੀ ਕੰਪਲਸ਼ਨ ਸੀ, ਕੀ ਲਿਖਿਆ ਹੈ ਕੰਪਲਸ਼ਨ। ਹੁਣ ਤੁਹਾਨੂੰ ਮੈਂ ਵੀ ਦੱਸਦਾ, ਹੁਣ ਤੁਸੀਂ ਦੱਸੋ ਕਿ ਇਹ ਕੰਪਲਸ਼ਨ ਨੂੰ ਕਿਸ ਨਾਲ ਰਿਲੇਟ ਕਰੋਗੇ, ਕੰਪਲਸ਼ਨ ਦਾ ਮਤਲਬ ਪਲੈਨ ਹੈ ਜਾਂ ਕੰਪਲਸ਼ਨ ਦਾ ਮਤਲਬ ਵੀ ਹੁਣ ਐਕਟ ਕਰਨਾ। ਮੈਂ ਤੁਹਾਨੂੰ ਕਿਹਾ ਵੀ ਇਗਨੋਰ ਨਹੀਂ ਕੀਤਾ, ਮਤਲਬ ਹੁਣ ਇਸ 'ਤੇ ਕੰਮ ਕਰਨਾ ਹੀ ਪਏਗਾ। ਸੋ ਇਸ ਕਰਕੇ ਸਹੀ ਆਂਸਰ ਕੀ ਆ ਗਿਆ ਸੀ। ਸੋ ਪੈਸੇਜ ਨੂੰ ਸੋਲਵ ਕਰਨਾ ਇੱਕ ਆਰਟ ਹੈ ਦੋਸਤੋ। ਨੈਕਸਟ, ਐਲਜ਼ ਆਈਡੀਆ ਅਬਾਊਟ ਕੰਟਰੋਲਿੰਗ ਏਅਰਬੋਨ ਵਹੀਕਲਸ ਵਾਸ, ਹੈ ਨਾ। ਸੋ ਇਸ ਬੰਦੇ ਦਾ ਜਿਹੜਾ ਆਈਡੀਆ ਸੀਗਾ ਕਾਹਦਾ ਆਈਡੀਆ, ਕਿ ਕੰਟਰੋਲਿੰਗ ਏਅਰਬੋਨ ਵਹੀਕਲਸ, ਏਅਰਬੋਨ ਵਹੀਕਲਸ ਦਾ ਮਤਲਬ ਜਿਹੜੇ ਹਵਾ 'ਚ ਉੱਡਦੇ ਨੇ ਇਨ ਦਾ ਏਅਰ, ਏਅਰਬੋਨ ਉਰੇ ਇੱਕ ਐਡਜੈਕਟਿਵ ਹੈ ਵੈਸੇ, ਏਅਰਬੋਨ ਬੀ ਓ ਆਰ ਐਨ ਈ, ਇਹ ਸ਼ਬਦ ਬਣਦਾ ਬੀਅਰ ਤੋਂ, ਬੀਅਰ ਬੋਰ ਬੋਰਨ, ਠੀਕ ਹੈ। ਸੋ ਇਹਦਾ ਮਤਲਬ ਹੁੰਦਾ ਕੈਰੀ। ਸੋ ਜਿਵੇਂ ਆਪਾਂ ਕਹਿੰਦੇ ਹਾਂ ਵਾਟਰ ਬੋਰਨ ਡਿਸੀਜ਼, ਵਾਟਰ ਬੋਰਨ ਡਿਸੀਜ਼ ਦਾ ਮਤਲਬ ਇਹੋ ਜਿਹੇ ਬਿਮਾਰੀਆਂ ਜੋ ਪਾਣੀ ਦੇ ਥਰੂ ਆਉਂਦੀਆਂ ਨੇ। ਸੋ ਇਹਦਾ ਮਤਲਬ ਜਿਹੜੇ ਹਵਾ ਦੇ ਥਰੂ ਉੱਡਦੇ ਨੇ ਜਾਂ ਹਵਾ 'ਚ ਉੱਡਦੇ ਨੇ, ਇਹਦਾ ਮਤਲਬ ਇਹ ਵੀ ਹੋ ਸਕਦਾ, ਠੀਕ। ਸੋ ਏਅਰ ਬੋਰਨ ਮਤਲਬ ਏਅਰ ਕੈਰੀ ਵੀ ਹੋ ਸਕਦਾ ਅਤੇ ਇਨ ਦਾ ਏਅਰ ਵੀ ਹੋ ਸਕਦਾ। ਕੰਟਰੋਲਿੰਗ ਵਹੀਕਲਸ ਵਾਜ ਦਾ ਰਾਈਟਸ, ਠੀਕ। ਸੋ ਇਹਦਾ ਆਈਡੀਆ ਅਤੇ ਇਹਦੇ ਆਈਡੀਆ ਨੂੰ ਕੁਛ ਨਾ ਕੁਛ ਉਹਨੇ ਕਿਹਾ ਵਾਜ ਪ੍ਰੂਵਨ ਰੋਂਗ, ਇਹ ਬਚ ਪੜ੍ਹਦੇ ਹਾਂ, ਆ ਜਾਓਗੇ, ਠੀਕ ਪੜ੍ਹ ਲਏ ਹੈਗੇ। ਹੁਣ ਆ ਗਿਆ ਐਲ, ਆ ਪਾਇਨੀਅਰ, ਪਾਇਨੀਅਰ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਪਹਿਲਾ ਬੰਦਾ ਹੁੰਦਾ, ਪਹਿਲਾ ਬੰਦਾ ਜਿਹਨੇ ਕੋਈ ਕੰਮ ਕੀਤਾ ਹੁੰਦਾ, ਇਨ ਹੈਂਗ ਗਲਾਈਡਿੰਗ ਐਂਡ ਹੈਡ, ਵੀ ਜਿਹੜਾ ਹੈਂਗ ਗਲਾਈਡਿੰਗ ਦਾ ਪਹਿਲਾ ਬੰਦਾ ਸੀ, ਹੈ ਨਾ। ਲੀਲੀ ਨਿਥਲ, ਜੋ ਵੀ ਨਾਮ ਲਿਖਿਆ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਆਪਣੇ ਨੰਬਰ ਲੈਣੇ ਚੁੱਪ ਕਰਕੇ ਗੱਲ ਖਤਮ, ਹੈ ਨਾ। ਐਲ ਹੈ ਅ ਪਾਇਨੀਅਰ ਇਨ ਹੈਂਗ ਗਲਾਈਡਿੰਗ ਹੈਡ ਕੰਟਰੋਲਡ ਹਿਸ ਗਲਾਈਡਰਸ ਬਾਈ ਸ਼ਿਫਟਿੰਗ ਹਿਸ ਬੋਡੀ ਇਨ ਦਾ ਡਿਜ਼ਾਇਰਡ ਡਾਇਰੈਕਸ਼ਨ। ਤਾਂ ਉਹਨੇ ਕੀ ਕੀਤਾ, ਹੈਡ ਉਹਨੇ ਜਿਹੜੇ ਆਪਣੇ ਗਲਾਈਡਰ ਕੀ ਹੁੰਦਾ, ਗਲਾਈਡ ਦਾ ਮਤਲਬ ਕੀ ਹੁੰਦਾ, ਗਲਾਈਡ ਦਾ ਮਤਲਬ ਹੁੰਦਾ ਜਿਵੇਂ ਇਲ ਹੁੰਦੀ ਹੈ ਨਾ, ਬਾਜ਼ ਬਿਨਾਂ ਆਪਣੇ ਫਰ ਹਿਲਾਏ ਸਟੈਡੀਡਲੀ ਮੂਵ ਕਰਦਾ, ਉਹਨੂੰ ਕਹਿੰਦੇ ਨੇ ਗਲਾਈਡ ਕਰਨਾ, ਠੀਕ ਹੈ। ਸੋ ਗਲਾਈਡਰ ਦਾ ਮਤਲਬ ਇਹੀ ਇੱਕ ਪਲੇਨ ਹੈ ਜਿਹਦੇ ਦੋ ਇਹੋ ਜਿਹੇ ਪੰਖ ਲੱਗੇ ਹੋਣ, ਸਪੋਜ਼ ਕਰ ਐਰੋਪਲੇਨ ਹੈ, ਠੀਕ ਹੈ। ਹੁਣ ਉਹ ਪੰਖ ਹੈ ਹਿਲਾਉਂਦਾ ਨਹੀਂ, ਉਹਦੇ ਤਾਂ ਸਟੇਬਲ ਨੇ ਨਾ ਪੰਖ, ਸੋ ਉਹਨੂੰ ਹੀ ਗਲਾਈਡਿੰਗ ਕਹਿੰਦੇ ਨੇ, ਠੀਕ ਹੈ। ਵੀ ਬਿਨਾਂ ਆਪਣੇ ਪੰਖ ਵਿੰਗਸ ਨੂੰ ਹਿਲਾ ਕੇ ਸਟੈਡੀਡਲੀ ਅਤੇ ਅੱਗੇ ਮੂਵ ਕਰਨਾ, ਠੀਕ ਹੈ।
ਸੋ ਕੀ ਕਹਿ ਰਿਹਾ ਕਿ ਹੈਡ ਕੰਟਰੋਲਡ ਹਿਸ ਗਲਾਈਡਰਸ, ਉਹਨੇ ਆਪਣੇ ਗਲਾਈਡਰਸ ਨੂੰ ਕੰਟਰੋਲ ਕੀਤਾ ਬਾਏ ਸ਼ਿਫਟਿੰਗ ਹਿਸ ਬੋਡੀ ਇਨ ਦ ਡਿਜ਼ਾਇਰਡ ਡਾਇਰੈਕਸ਼ਨ, ਵੀ ਜਿਹੜੀ ਡਾਇਰੈਕਸ਼ਨ 'ਚ ਜਾਣਾ ਸੀ ਉਹੀ ਡਾਇਰੈਕਸ਼ਨ 'ਚ ਬੋਡੀ ਨੂੰ ਮੂਵ ਕਰਕੇ ਆਪਣੇ ਗਲਾਈਡਰਸ ਦੀ ਪੋਜੀਸ਼ਨ ਵਗੈਰਾ ਚੇਂਜ ਕੀਤੀ। ਦ ਆਈਡੀਆ ਵਾਜ, ਹੁਣ ਦੇਖੋ ਆਈਡੀਆ ਦੀ ਗੱਲ ਕੀਤੀ ਸੀ ਆਪਾਂ, ਠੀਕ ਹੈ, ਕਿਹੜਾ ਆਈਡੀਆ, ਇੱਕ ਦਿਸ ਆਈਡੀਆ, ਇਹ ਆਈਡੀਆ ਕੀ ਦਾ, ਇਸ ਦਾ, ਹੁਣ ਇੰਨੀ ਗੱਲ ਸਮਝ ਆਉਣੀ ਚਾਹੀਦੀ ਹੈ। ਉਰੇ ਨਹੀਂ ਲਿਖਿਆ ਹੋਊਗਾ ਵੀ ਐਲ ਇਜ਼ ਆਈਡੀਆ, ਦਿਸ ਆਈਡੀਆ ਦਾ ਮਤਲਬ ਕਿਹਦੀ ਗੱਲ ਹੋ ਰਹੀ ਹੈ, ਐਲ ਦੀ, ਤਾਂ ਐਲ ਦਾ ਆਈਡੀਆ ਹੋ ਗਿਆ, ਤਾਂ ਐਲ ਇਜ਼ ਆਈਡੀਆ ਵਾਜ ਰਿਪੈਲੈਂਟ ਟੂ ਦਾ ਰਾਈਟ ਬ੍ਰਦਰਸ, ਹੈ ਨਾ। ਸੋ ਜਿਹੜਾ ਇਹਦਾ ਆਈਡੀਆ ਸੀ ਉਹ ਕੀ ਸੀ, ਰਿਪੈਲੈਂਟ ਸੀ, ਕਿਹਦੇ ਕਿਹਦੇ ਰਿਪੈਲੈਂਟ ਸੀਗਾ, ਰਾਈਟ ਬ੍ਰਦਰਸ। ਹੁਣ ਧਿਆਨ ਨਾਲ ਸਮਝਣਾ, ਹੁਣ ਰਿਪੈਲੈਂਟ ਦਾ ਮਤਲਬ ਕੀ ਹੁੰਦਾ, ਉਹਨਾਂ ਨੇ ਇਸ ਮੈਥਡ ਨੂੰ ਚੰਗਾ ਨਹੀਂ ਸਮਝਿਆ। ਰਿਪੈਲੈਂਟ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਨੂੰ ਨਾ ਪਸੰਦ ਕਰਨਾ, ਸਮਝ ਆਈ ਗੱਲ। ਸੋ ਅਪੋਜ ਤੋਂ ਰਿਪੈਲੈਂਟ ਦਾ ਮਤਲਬ ਹੁਣ ਅਵਰਜ਼ਨ ਹੋ ਗਈ, ਅਵਰਜ਼ਨ ਤੋਂ ਮਤਲਬ ਓਪੋਜਿਟ ਵੀ ਸਮਝ ਆਉਂਦਾ। ਸੋ ਓਪੋਜਿਟ ਆਪਾਂ ਉਹਦੇ ਤਾਂ ਨਹੀਂ ਲਾ ਸਕਦੇ ਕਿਉਂਕਿ ਆਪਾਂ ਨੂੰ ਉਰੇ ਰਾਈਟ ਬ੍ਰਦਰਸ ਨੇ ਆਪਣਾ ਆਈਡੀਆ ਦੱਸਿਆ ਨਹੀਂ ਵੀ ਹਾਂ ਅਸੀਂ ਐਂ ਸੋਚਦੇ ਸੀ, ਉਹ ਐਂ ਸੋਚਦੇ ਸੀ, ਵੀ ਸਾਡਾ ਆਈਡੀਆ ਉਹਨਾਂ ਤੋਂ ਓਪੋਜਿਟ ਸੀ, ਉੱਥੇ ਓਪੋਜਿਟ ਆਪਾਂ ਮੰਨ ਲੈਂਦੇ। ਉਹ ਕਹਿੰਦੇ ਯਾਰ ਵੀ ਜਿਹੜਾ ਏ ਆ ਉਹ ਇਸ ਡਾਇਰੈਕਸ਼ਨ 'ਚ ਜਾ ਰਿਹਾ ਲੇਕਿਨ ਅਸੀਂ ਇਸ ਡਾਇਰੈਕਸ਼ਨ ਜਾ ਰਹੇ ਹਾਂ, ਤਾਂ ਆਪਾਂ ਇਹਨੂੰ ਓਪੋਜਿਟ ਕਹਿ ਸਕਦੇ ਹਾਂ। ਲੇਕਿਨ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਉਹਨਾਂ ਦਾ ਆਈਡੀਆ ਵੀ ਸਾਨੂੰ ਉਹ ਪਸੰਦ ਨਹੀਂ ਆਇਆ, ਉਹਨਾਂ ਤੋਂ ਉਹ ਕੀ ਕੀਤੇ, ਰਿਪੈਲ ਕੀਤੇ, ਰਿਪੈਲ ਦਾ ਮਤਲਬ ਡਿਸਲਾਈਕ, ਡਿਸਐਗਰੀਮੈਂਟ। ਸੋ ਇਸ ਕਰਕੇ ਸਹੀ ਆਂਸਰ ਜੋ ਹੈ ਬੀ ਨਹੀਂ ਆਵੇਗਾ, ਕੀ ਆਵੇਗਾ, ਡੀ ਆਵੇਗਾ, ਵਾਜ ਡਿਸਲਾਈਕਡ ਬਾਏ ਦਾ ਰਾਈਟਸ। ਗੱਲ ਸਮਝ ਆ ਕਿ ਸੀ ਇਜ਼ ਰਾਈਟ ਆਂਸਰ, ਆ ਜਾਓ ਜੀ ਅੱਗੇ। ਦ ਓਲਡ ਟੇਬਲਸ ਵਰ ਬਲੈਂਕ ਐਂਡ ਰਿਪਲੇਸਡ ਬਾਏ ਫਸਟ ਰਿਲਾਇਬਲ ਫਿਗਰਸ ਫਾਰ ਏਅਰ ਪ੍ਰੈਸ਼ਰ ਔਨ ਕਰਵਡ ਸਰਫੇਸਿਸ। ਸੋ ਠੀਕ ਹੈ, ਸੋ ਦੇਖੋ ਉਰੇ ਓਲਡ ਟੇਬਲਸ ਦੀ ਗੱਲ ਹੋ ਰਹੀ ਹੈ, ਹੁਣ ਜਿੱਥੇ ਟੇਬਲਸ ਦੀ ਗੱਲ ਹੋਊਗੀ ਆਪਾਂ ਉੱਥੇ ਰੁਕ ਜਾਵਾਂਗੇ, ਆਪਾਂ ਦੇਖ ਲਾਂਗੇ ਕੀ ਕਹਿ ਰਿਹਾ, ਆ ਜਾਓ ਠੀਕ, ਆ ਜਾਓ ਬੜਾ ਐਂਡ ਮੈਥਡ 'ਚ, ਠੀਕ ਹੈ। ਹਾਊਏਵਰ ਦੇ ਸਰਚਡ ਫਾਰ ਮੋਰ ਐਫੀਸ਼ੀਐਂਟ ਮੈਥਡਸ, ਤਾਂ ਉਹਨਾਂ ਨੇ ਹੋਰ ਐਫੀਸ਼ੀਐਂਟ ਮੈਥਡਸ ਬਾਰੇ ਸਰਚ ਕੀਤਾ ਕਿਉਂਕਿ ਉਹਨਾਂ ਨੂੰ ਆਈਡੀਆ ਉਹਨਾਂ ਦਾ ਪਸੰਦ ਨਹੀਂ ਆਇਆ ਟੂ ਕੰਟਰੋਲ ਦਾ ਬੈਲੈਂਸ ਆਫ ਦਾ ਏਅਰਬੋਰਨ ਵਹੀਕਲਸ, ਠੀਕ ਹੈ। ਹੁਣ ਜਿਵੇਂ ਉਹ ਬੈਲੈਂਸ ਕਰਦੇ ਸੀ ਉੱਧਰ ਨੂੰ ਹੀ, ਮਤਲਬ ਬੋਡੀ ਦਾ ਵੇਟ ਉੱਧਰ ਨੂੰ ਮੋੜ ਲੈਂਦੇ ਸੀਗੇ, ਤਾਂ ਉਹਨੂੰ ਆਈਡੀਆ ਪਸੰਦ ਨਹੀਂ ਆਇਆ, ਤਾਂ ਇਸ ਕਰਕੇ ਉਹਨਾਂ ਨੇ ਹੋਰ ਸਰਚ ਕੀਤੀ ਹੈ ਆਪਣੇ ਮੈਥਡਸ ਬਣਾਉਣ ਵਾਸਤੇ। ਇਨ 1990 ਐਂਡ 1901 ਦ ਰਾਈਟ ਟੈਸਟਡ ਨਿਊਮਰਸ, ਨਿਊਮਰਸ ਦਾ ਮਤਲਬ ਕੀ ਹੋਇਆ, ਬਹੁਤ ਜ਼ਿਆਦਾ, ਫੁੱਲ ਆਫ ਨੰਬਰ, ਨੰਬਰ ਤੋਂ ਇਹ ਸ਼ਬਦ ਬਣਿਆ, ਅਬਜੈਕਟਿਵ ਹੈ। ਨਿਊਮਰਸ ਗਲਾਈਡਰਸ ਐਂਡ ਡਿਵੈਲਪਡ ਕੰਟਰੋਲ ਟੈਕਨੀਕਸ, ਉਹਨਾਂ ਨੇ ਨਵੀਆਂ ਟੈਕਨੀਕਸ ਡਿਵੈਲਪ ਕੀਤੀਆਂ। ਦ ਬ੍ਰਦਰਸ ਇਨ ਐਬਿਲਿਟੀ ਟੂ ਓਬਟੇਨ ਇਨਫ ਲਿਫਟ ਪਾਵਰ, ਸੋ ਇਨਐਬਿਲਿਟੀ ਮਤਲਬ ਕੀ ਹੈ ਕਿ ਉਹ ਇਸ ਚੀਜ਼ ਦੇ ਵਿੱਚ ਕਾਬਿਲ ਨਹੀਂ ਬਣ ਪਾਏ। ਕਿਸ ਚੀਜ਼ ਕਾਬਿਲ ਨਹੀਂ ਬਣ ਪਾਏ, ਕਿ ਉਹ ਇਨਫ ਲਿਫਟ ਪਾਵਰ ਜਿਹੜੀ ਹੈਗੀ ਹੈ ਓਨੀ ਕੁ ਓਬਟੇਨ ਕਰ ਸਕਣ ਫੋਰ ਦਾ ਗਲਾਈਡਰਸ, ਆਲਮੋਸਟ ਲੈਟ ਦੈਮ ਟੂ ਅਬੈਂਡਨ ਦੇਅਰ ਫਾਈਟਸ, ਵੀ ਉਹਨਾਂ ਗਲਾਈਡਰਸ ਦੇ ਲਈ ਵੀ ਗਲਾਈਡਰਸ ਨੂੰ ਲਿਫਟ ਕਰ ਸਕਣ, ਹੈ ਨਾ। ਤਾਂ ਇਸ ਕਰਕੇ ਇੰਨੀ ਜਦੋਂ ਪਾਵਰ ਬਣੀ ਨਹੀਂ, ਸੋ ਇਸ ਚੀਜ਼ ਨੇ ਕੀ ਕੀਤਾ, ਉਹਨਾਂ ਨੂੰ ਕੀ ਮਜਬੂਰ ਕੀਤਾ, ਅਬੈਂਡਨ ਦੇਅਰ ਐਫਰਟਸ, ਵੀ ਅਸੀਂ ਐਫਰਟਸ ਆਪਣੇ ਛੱਡ ਦਿਉ, ਹੈ ਨਾ। ਅਬੈਂਡਨ ਦਾ ਮਤਲਬ ਇਹੀ ਹੁੰਦਾ। ਸੋ ਲੇਕਿਨ ਆ ਜੋ ਕਿ ਆਫਟਰ ਫਰਦਰ ਸਟੱਡੀ, ਫਿਰ ਉਹਨਾਂ ਨੇ ਫਰਦਰ ਸਟੱਡੀ ਕੀਤੀ, ਠੀਕ ਹੈ, ਉਹਨਾਂ 'ਚ ਕਾਮਯਾਬ ਨਹੀਂ ਹੋਏ। ਦ ਰਾਈਟ ਬ੍ਰਦਰਸ ਕੰਕਲੂਡ ਦੈਟ ਦ ਪਬਲਿਸ਼ਡ ਟੇਬਲਸ ਦੀ ਗੱਲ ਆ ਗਈ, ਆਫ ਏਅਰ ਪ੍ਰੈਸ਼ਰ ਔਨ ਕਰਵਡ ਸਰਫੇਸ ਮਸਟ ਬੀ ਰੋਂਗ। ਫਿਰ ਉਹਨਾਂ ਨੇ ਹੋਰ ਸਟੱਡੀ ਕੀਤੀ ਯਾਰ, ਕਿ ਯਾਰ ਜਿਹੜੇ ਉਹ ਚੀਜ਼ਾਂ ਅਸੀਂ ਕਰ ਰਹੇ ਸੀ ਉਹ ਮੈਥਡ ਸੀਗੇ ਉਹ ਤਾਂ ਕੰਮ ਨਹੀਂ ਆਏ। ਉਹਨਾਂ ਨੇ ਹੋਰ ਸਟੱਡੀ ਕਰਕੇ ਕੀ ਕੰਕਲੂਜਨ ਕੱਢਿਆ, ਵੀ ਜਿਹੜੇ ਪਹਿਲਾਂ ਤੋਂ ਹੀ ਪਬਲਿਸ਼ਡ ਚਾਰਟ ਹੈ ਜਾਂ ਟੇਬਲ ਹੈ ਜਿਹਦਾ ਏਅਰ ਪ੍ਰੈਸ਼ਰ ਦਾ, ਹੈ ਨਾ, ਔਨ ਕਰਵਡ ਸਰਫੇਸ ਮਸਟ ਬੀ ਰੋਂਗ, ਵੀ ਜਿਹੜਾ ਏਅਰ ਪ੍ਰੈਸ਼ਰ ਵਾਲਾ ਚਾਰਟ ਹੈ ਤਾਂ ਚਾਰਟ ਹੀ ਗਲਤ ਹੈ, ਹੁਣ ਅਸੀਂ ਚਾਰਟ ਦੁਆਰਾ ਬਣਾ ਲਵਾਂਗੇ, ਮਤਲਬ ਇਹੀ ਹੋਊਗਾ। ਦੇ ਸੈਟਅਪ ਆ ਵਾਇੰਡ ਟਨਲ ਐਂਡ ਅਸੈਂਡਨੀ ਐਂਡ ਵਾਇੰਡ ਟਨਲ ਉਹਨਾਂ ਨੇ ਸੈਟਅਪ ਕੀਤੀ ਬਣਾਈ, ਇਹਦਾ ਮਤਲਬ ਕੀ ਹੁੰਦਾ ਮੇਕ ਐਂਡ ਬਿਗੇਨ ਅ ਸੀਰੀਜ਼ ਆਫ ਐਕਸਪੈਰੀਮੈਂਟਸ ਵਿਦ ਦ ਮਾਡਲ ਵਿੰਗਸ, ਹੈ ਨਾ।
ਸੋ ਉਹਨੇ ਇਹ ਗੱਲ ਕੀਤੀ ਵੀ ਹੁਣ ਨਵੀਂ ਵਾਈਨ ਟਨਲ ਬਣਾ ਲਈ ਅਤੇ ਵਿਗਿਆਨ ਸੀਰੀਜ਼ ਆਫ ਐਕਸਪੈਰੀਮੈਂਟਸ, ਨਵੇਂ ਐਕਸਪੈਰੀਮੈਂਟ ਸ਼ੁਰੂ ਕੀਤੇ ਮਾਡਲ ਵਿੰਗਸ ਦੇ ਨਾਲ, ਬਿਕੋਜ਼ ਆਫ ਦੇਅਰ ਐਫਰਟਸ, ਉਹਨਾਂ ਦੇ ਐਫਰਟਸ ਦੇ ਕਰਕੇ ਦ ਓਲਡ ਟੇਬਲਸ ਵਰ ਰਿਪੀਲਡ ਇਨ ਦ ਟਾਈਮ ਐਂਡ ਰਿਪਲੇਸਡ ਬਾਈ ਦਾ ਫਸਟ ਰਿਲਾਇਬਲ ਫਿਗਰਸ ਆਫ ਏਅਰ ਪ੍ਰੈਸ਼ਰ ਔਨ ਦ ਕਰਵਡ ਸਰਫੇਸਿਸ। ਦੇਖੋ ਓਲਡ ਅਤੇ ਨਿਊ ਟੇਬਲਸ ਦੀ ਗੱਲ ਹੋ ਰਹੀ ਸੀ, ਉਰੇ ਅਗਰ ਓਲਡ ਲਿਖਿਆ ਤਾਂ ਨਿਊ ਵੀ ਹੋਊਗਾ ਕਿਤੇ ਨਾ ਕਿਤੇ, ਹੈ ਨਾ। ਸੋ ਇਹੀ ਹੈ ਕੁਐਸਚਨ, ਦੁਬਾਰਾ ਆ ਜਾਓ। The old tables blank and replaced by the first reliable figures for air pressure. ਇਹੀ ਗੱਲ ਲਿਖੀ ਹੋਈ ਹੈ। ਸੋ ਇਹੀ ਲਾਈਨ 'ਚ ਆਂਸਰ ਆਪਣਾ। ਸੋ ਓਲਡ ਟੇਬਲਸ ਨਾਲ ਕੀ ਕੀਤਾ ਗਿਆ ਇਹ ਪੁੱਛ ਰਿਹਾ, ਦੇਖ ਲਓ ਕੀ ਕੀਤਾ ਗਿਆ। ਦ ਓਲਡ ਟੇਬਲਸ ਵਰ ਰਿਪੀਲਡ, ਆ ਪਿਆ ਆਪਣਾ ਆਂਸਰ। ਹੁਣ ਰਿਪੀਲ ਦਾ ਮਤਲਬ ਕੀ ਹੁੰਦਾ, ਥੋੜ੍ਹੀ ਬਹੁਤੀ ਵੀ ਆਪਾਂ ਤੁਸੀਂ ਪੋਲਿਟੀ ਪੜ੍ਹ ਕੇ ਆਏ ਹੋ ਤਾਂ ਰਿਪੀਲ ਲਾਅ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਚੀਜ਼ ਲਾਅ ਜੋ ਹੈ ਖਾਰਿਜ ਕਰ ਦਿੰਦਾ, ਸੋ ਕਿਸੇ ਚੀਜ਼ ਨੂੰ ਆਫਿਸ਼ਲੀ ਕੈਂਸਲ ਕਰਨਾ ਜਾਂ ਲੋਫੁਲੀ ਕੈਂਸਲ ਕਰਨਾ, ਦੈਟ ਇਜ਼ ਕਾਲਡ ਰਿਪੀਲ। ਰਿਪੀਲ ਅ ਲਾਅ, ਰਿਪੀਲ ਅ ਵੋਟ, ਉਹਦੀ ਵੋਟ ਨੂੰ ਖਾਰਿਜ ਕਰਤਾ ਬਾਏ ਲਾਅ, ਹੈ ਨਾ। ਵੀ ਤੂੰ ਭਾਈ 18 ਸਾਲ ਦਾ ਹੈ ਹੀ ਨਹੀਂ ਸੀ, ਵੀ ਤੇਰੀ ਵੋਟ ਹੀ ਨਹੀਂ ਮੰਨੀ ਜਾਂਦੀ, ਹੈ ਨਾ, ਵੀ ਤੁਹਾਡਾ ਤਾਂ ਵੋਟਰ ਕਾਰਡ ਨਹੀਂ ਬਣਿਆ ਹੋਇਆ ਸੀ ਤਾਂ ਤੁਹਾਡੀ ਵੋਟ ਨਹੀਂ ਮੰਨੀ ਜਾਂਦੀ। ਇਹ ਲਾਅ ਦੱਸਦਾ ਆਪਾਂ ਨੂੰ, ਇਹ ਕੋਨਸਟੀਟਿਊਸ਼ਨ ਦੱਸਦਾ ਆਪਾਂ ਨੂੰ, ਜਿਹੜੀ ਚੀਜ਼ ਲਾਅ ਜੋ ਹੈ ਉਹ ਕੈਂਸਲ ਕਰਦੀ, ਦੈਟ ਇਜ਼ ਕਾਲਡ ਰਿਪੀਲ। ਸੋ ਇਹਦਾ ਮਤਲਬ ਇਹ ਹੈ ਨਾ, ਤਾਂ ਸਹੀ ਆਂਸਰ ਦੇਖ ਲੈਣੇ ਕੀ ਕਹਿ ਰਿਹਾ। ਸੋ ਓਲਡ ਟੇਬਲਸ ਨੂੰ ਡਿਸਟਰੋਏ ਕੀਤਾ ਗਿਆ, ਮੰਨ ਲੈਣੇ, ਚਲੋ ਇਨਵੈਲੀਡੇਟਿਡ, ਬਹੁਤ ਅੱਛਾ ਸ਼ਬਦ ਲਿਖਿਆ ਵੀ ਕਿਸੇ ਚੀਜ਼ ਨੂੰ ਵੈਲੀਡੇਟ, ਕਿਸੇ ਚੀਜ਼ ਨੂੰ ਵੈਲਿਡ ਨਾ ਮੰਨਣਾ, ਇਹੀ ਮਤਲਬ ਹੋਇਆ। ਸੋ ਸਹੀ ਇਹ ਟੇਬਲਸ ਨੂੰ ਵੈਲਿਡ ਹੀ ਨਹੀਂ ਮੰਨਿਆ, ਹੈ ਨਾ, ਇਹ ਜਿਹੜੇ ਪੁਰਾਣੇ ਏਅਰ ਪ੍ਰੈਸ਼ਰ ਸੀਗੇ ਉਹਦੇ ਚਾਰਟ ਨੂੰ ਵੈਲਿਡ ਹੀ ਨਹੀਂ ਮੰਨਿਆ, ਰਿਪੀਲ ਕੀਤਾ ਗਿਆ। ਸੋ ਸਹੀ ਆਂਸਰ ਕੀ ਆ ਜਾਏਗਾ, ਬੀ, ਮਲਟੀਪਲਾਈਡ ਨਹੀਂ, ਅਪਰੂਵਡ ਨਹੀਂ। ਸੋ ਇਹ ਆਂਸਰ ਨਾਲ ਵੀ ਬਹੁਤ ਸਾਰੇ ਸਟੂਡੈਂਟਸ ਕਨਫਿਊਜ਼ ਹੋ ਸਕਦੇ। ਹੁਣ ਡਿਸਟਰੋਏ ਦਾ ਫਿਜ਼ੀਕਲ ਵੀ ਹੋ ਸਕਦਾ ਵੀ ਤੋੜ ਭੰਨ ਕੇ ਡਿਸਟਰੋਏ ਕਰਤਾ, ਲੇਕਿਨ ਰਿਪੀਲ ਦਾ ਮਤਲਬ ਕੀ ਹੈ ਕਿ ਉਹਨੂੰ ਵੈਲਿਡ ਹੀ ਕਰਾਰ ਨਹੀਂ ਦਿੱਤਾ, ਠੀਕ ਹੈ, ਇਨਵੈਲਿਡ ਕਰਾਰ ਦਿੱਤਾ। ਸੋ ਸਹੀ ਆਂਸਰ ਕੀ ਹੈ ਗਿਆ, ਬੀ। ਨੈਕਸਟ ਕੁਐਸਚਨ, ਦ ਰਾਈਟਸ ਡਿਜ਼ਾਈਨਡ ਦਾ ਐਂਡ ਬਿਲਟ ਦੇਅਰ ਓਨ ਸੋਰਸ, ਹੈ ਨਾ। ਹੁਣ ਰਾਈਟਸ ਨੇ ਡਿਜ਼ਾਈਨ ਕੀਤਾ ਅਤੇ ਬਿਲਟ ਕੀਤਾ ਆਪਣਾ ਖੁਦ ਦਾ ਸੋਰਸ, ਕਿਸ ਚੀਜ਼ ਦਾ ਸੋਰਸ ਆਪਾਂ ਅੱਗੇ ਦੇਖਦੇ, ਠੀਕ, ਆ ਜਾਓ, ਠੀਕ। ਦਿਸ ਵਰਕ, ਇਹ ਚੀਜ਼ ਕੰਮ ਕੀਤੀ, ਨਵਾਂ ਚਾਰਟ ਬਣ ਗਿਆ ਜੀ, ਠੀਕ ਹੈ, ਨਵੀਂ ਫਿਗਰਸ ਆ ਗਈਆਂ। ਇਨ ਟਰਨ ਮੇਡ ਇਟ ਪੋਸੀਬਲ ਫਾਰ ਦ ਬ੍ਰਦਰਸ ਟੂ ਡਿਜ਼ਾਈਨ ਅ ਮਸ਼ੀਨ ਦੈਟ ਵੁੱਡ ਫਲਾਈ। ਸੋ ਨਵੀਂ ਮਸ਼ੀਨ ਬਣਾ ਲਈ ਉਹਨਾਂ ਨੇ, ਠੀਕ ਹੈ, ਜੋ ਉੱਡੇਗੀ ਇੱਕ ਵਾਰ। ਅਗਰ ਦੇਖਦੇ ਹਾਂ, ਇਨ 1903 ਰਾਈਟ ਬ੍ਰਦਰਸ ਬਿਲਟ ਦੇਅਰ ਓਨ ਫਸਟ ਪਲੇਨ ਵਿਚ ਕੋਸਟ ਲੈਸ ਦੈਨ $1,000। ਦੇ ਈਵਨ ਡਿਜ਼ਾਈਨਡ ਐਂਡ ਬਿਲਟ ਦੇਅਰ ਓਨ ਸੋਰਸ ਆਫ, ਆ ਦੇਖੋ ਓਨ ਸੋਰਸ ਲਿਖਿਆ, ਆ ਗਿਆ ਆਪਣਾ ਆਨਸਰ ਕੁਐਸਚਨ। ਦੇ ਈਵਨ ਡਿਜ਼ਾਈਨਡ ਐਂਡ ਬਿਲਟ, ਦੇਖੋ ਉੱਥੇ ਇਹਨਾਂ ਨੇ ਕਿਹਾ ਵੀ ਨਵਾਂ ਮਸ਼ੀਨ ਬਣਾ ਲਈ ਉੱਡਣ ਵਾਲੀ, ਐਰੋਪਲੇਨ ਨਵਾਂ ਬਣਾ ਲਿਆ, ਠੀਕ ਹੈ ਜੀ। ਤਾਂ ਹੁਣ ਤੁਸੀਂ ਦੇਖੋਗੇ, ਅਗਰ ਆਪਾਂ ਇਹਦੇ ਵਿੱਚ ਕਨਫਿਊਜ਼ ਵੀ ਹੁੰਦੀ ਇਸ ਲਾਈਨ ਦੇ ਵਿੱਚ, ਜੋ ਕਿ ਪੇਪਰ 'ਚ ਐਕਚੁਅਲ ਹੁੰਦੀਆਂ ਚੀਜ਼ਾਂ, ਐਂਡ ਬਿਲਡ ਦੇਅਰ ਓਨ ਸੋਰਸ, ਤਾਂ ਉਹ ਲਾਈਨ ਪ੍ਰੋਪਰ ਲਿਖੀ ਹੋਈ ਹੈ। ਸਪੋਜ਼ ਕਰ ਲਓ ਕਿ ਤੁਸੀਂ ਐਰੋਪਲੇਨ ਬਣਾਇਆ, ਹੁਣ ਐਰੋਪਲੇਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ, ਮਸ਼ੀਨਰੀ ਹੈ, ਇੰਜਨ ਹੈ, ਬਹੁਤ ਸਾਰੀਆਂ ਚੀਜ਼ਾਂ ਨੇ, ਤਾਂ ਉਹ ਉਹਨਾਂ ਨੇ ਇੰਜਨ ਬਣਾਇਆ ਆਪਣਾ, ਕਿਉਂਕਿ ਹੁਣ ਸਪੋਜ਼ ਕਰ ਲਓ ਕਿ ਮੈਂ ਕੋਈ ਨਵੀਂ ਕਾਰ ਡਿਜ਼ਾਈਨ ਕਰ ਰਿਹਾ, ਹੁਣ ਕਾਰ ਦੇ ਵਿੱਚੋਂ ਮੈਂ ਇੰਜਨ ਕਿਤੋਂ ਹੋਰ ਲੈ ਆਇਆ, ਠੀਕ ਹੈ, ਤਾਂ ਇੰਜਨ ਥੋੜ੍ਹੀ ਨਾ ਮੈਂ ਬਣਾਇਆ, ਮੈਂ ਤਾਂ ਨਵੀਂ ਕਾਰ ਬਣਾਈ, ਇੰਜਨ ਕਿਸੇ ਦਾ ਆਊਟਸੋਰਸ ਕਰ ਲਿਆ। ਸੋ ਇਹ ਗੱਲ ਕਹਿ ਰਿਹਾ ਉਹ ਵੀ ਉਹਨੇ ਉਰੇ ਦ ਰਾਈਟਸ ਡਿਜ਼ਾਈਨ ਨੇ ਬਿਲਡ ਦ ਓਨ ਸੋਰਸ, ਹੁਣ ਸੋਰਸ ਬਣਾਇਆ ਆਪਣਾ ਮਸ਼ੀਨ, ਸੋਰਸ ਆਫ ਫਲਾਇੰਗ ਕਹਿੰਦੇ ਤਾਂ ਏਅਰਪਲੇਨ ਵੀ ਹੋ ਸਕਦਾ ਸੀ, ਲੇਕਿਨ ਸੋਰਸ ਆਫ ਫੋਰਸ ਫਾਰ ਮੂਵਿੰਗ ਫਾਰਵਰਡ, ਫੋਰਸ ਫਾਰ ਟਰਨਿੰਗ ਅਰਾਊਂਡ, ਟਰਨਿੰਗ ਫੋਰਸ ਫਾਰ ਗੋਇੰਗ ਬੈਕਵਰਡ। ਸੋ ਫੋਰਸ ਦੀ ਗੱਲ ਕਰ ਰਿਹਾ ਉਰੇ, ਨਾ ਕਿ ਏਅਰਪਲੇਨ ਦੀ ਗੱਲ ਕਰ ਰਿਹਾ। ਤਾਂ ਇਸ ਕਰਕੇ ਆਪਾਂ ਇਸ ਲਾਈਨ ਦੇ ਵਿੱਚ ਇਹਦਾ ਆਂਸਰ ਨਹੀਂ ਲੱਭ ਸਕਦੇ। ਮੈਂ ਐਕਚੁਅਲ ਤੁਹਾਨੂੰ ਗੱਲ ਦੱਸ ਰਿਹਾ, ਜਿੱਥੇ ਸਟੂਡੈਂਟਸ ਥੋੜ੍ਹੇ ਕਨਫਿਊਜ਼ ਹੋ, ਇਟ ਪੋਸੀਬਲ ਫਾਰ ਦ ਮਸ਼ੀਨ ਟੂ ਫਲਾਈ ਅਤੇ ਬਿਲਟ ਅ ਫਸਟ ਏਅਰਪਲੇਨ, ਤਾਂ ਉਦੋਂ ਵੀ ਸਟੂਡੈਂਟਸ ਕਨਫਿਊਜ਼ ਹੋ ਸਕਦੇ ਸੀ, ਲੇਕਿਨ ਓਨ ਸੋਰਸ ਅੱਗੇ ਲਾਈਨ 'ਚ ਸਾਫ਼ ਸਾਫ਼ ਲਿਖਿਆ ਹੋਇਆ, ਦੇ ਈਵਨ ਡਿਜ਼ਾਈਨਡ ਐਂਡ ਬਿਲਟ ਦੇਅਰ ਓਨ ਸੋਰਸ ਆਫ ਪ੍ਰੋਪਲਸ਼ਨ, ਪ੍ਰੋਪਲਸ਼ਨ ਲਿਖਿਆ ਹੋਇਆ। ਹੁਣ ਇਹ ਹੈ ਤੁਹਾਡਾ ਆਂਸਰ, ਪ੍ਰੋਪਲਸ਼ਨ ਕੀ ਹੁੰਦਾ, ਪ੍ਰੋਪੈਲ,
ਪ੍ਰੋਪੈਲ ਦਾ ਮਤਲਬ ਕੀ ਹੁੰਦਾ? ਸ਼ਿਪ ਤਾਂ ਤੁਸੀਂ ਦੇਖੀ ਹੋਊਗੀ, ਜਹਾਜ਼, ਪਾਣੀ ਵਾਲੀ ਕਿਸ਼ਤੀ, ਤਾਂ ਪਾਣੀ ਵਾਲੀ ਕਿਸ਼ਤੀ 'ਚ ਕੀ ਹੁੰਦਾ? ਪ੍ਰੋਪੈਲਰ, ਜਿਹੜੇ ਦੇ ਨੀਚੇ ਪੰਖ ਲੱਗੇ ਹੁੰਦੇ ਨੇ, ਪ੍ਰੋਪੈਲਰ ਕੀ ਕਰਦੇ ਨੇ? ਸ਼ਿਪ ਨੂੰ ਅੱਗੇ ਧੱਕਦੇ ਨੇ। ਤਾਂ ਟਾਈਟੈਨਿਕ ਮੂਵੀ ਦੇਖੀ ਹੈ ਨਾ, ਟਾਈਟੈਨਿਕ ਮੂਵੀ ਦੇ ਵਿੱਚ ਜਦੋਂ ਸਟਾਰਟਿੰਗ ਦਾ ਸੀਨ ਹੁੰਦਾ, ਜਦੋਂ ਮੱਛੀ ਐਂ ਜਾ ਰਹੀ ਹੁੰਦੀ ਹੈ ਨਾ, ਤਾਂ ਟਾਈਟ ਕਰ ਰਹੀ ਹੁੰਦੀ ਹੈ, ਸੋ ਉਹ ਨੀਚੇ ਉਹਦੇ ਪ੍ਰੋਪੈਲਰ ਦਿਖਾਉਂਦੇ ਨੇ ਉਦੋਂ। ਤਾਂ ਪ੍ਰੋਪੈਲਰ ਦਾ ਮਤਲਬ ਹੁੰਦਾ ਪੰਖੇ ਜੋ ਸ਼ਿਪ ਨੂੰ ਅੱਗੇ ਧੱਕ ਰਹੇ ਨੇ, ਸੋ ਮੂਵਿੰਗ ਫੋਰਵਰਡ ਵਿ ਅ ਲਾਈਟ ਵੇਟ ਗੈਸੋਲਾਈਨ ਇੰਜਨ। ਤਾਂ ਇੰਜਨ ਦੀ ਗੱਲ ਕੀਤੀ ਉਹਨਾਂ ਨੇ, ਆਪਣਾ ਇੱਕ ਗੈਸੋਲਾਈਨ ਅਮਰੀਕਾ 'ਚ ਕਹਿੰਦੇ ਨੇ, ਭਾਰਤ ਦੇ ਵਿੱਚ ਕੀ ਕਹਿੰਦੇ ਨੇ, ਕੀ ਕਹਿੰਦੇ ਨੇ, ਪੈਟਰੋਲ। ਸੋ ਆਪਣਾ ਇੰਜਨ ਬਣਾਇਆ ਉਹਨਾਂ ਨੇ, ਜੋ ਇੰਜਨ ਪੈਟਰੋਲ 'ਤੇ ਚੱਲਦਾ ਸੀ ਅਤੇ ਅੱਗੇ ਲੈ ਕੇ ਜਾਂਦਾ ਸੀ। ਆ ਜਾਓ ਅੱਗੇ, ਕਿੱਥੇ ਲਿਖੇ, ਦ ਰਾਈਟਸ ਡਿਜ਼ਾਈਨਡ ਐਂਡ ਬਿਲਡ ਦੇਅਰ ਓਨ ਸੋਰਸ ਆਫ ਫੋਰਸ, ਆਪਣੀ ਫੋਰਸ ਬਣਾਈ ਫੋਰ ਮੂਵਿੰਗ ਫਾਰਵਰਡ, ਫੋਰ ਟਰਨਿੰਗ ਅਰਾਊਂਡ, ਫੋਰ ਟਰਨਿੰਗ ਗੋਇੰਗ ਬੈਕਵਰਡ। ਨਾ ਕਿਹੜਾ ਸਹੀ ਆਂਸਰ ਕੀ ਆ ਗਿਆ, ਏ। ਸਮਝ ਆ ਗਿਆ, ਸੋ ਦਿਸ ਇਜ਼ ਐਨ ਆਰਟ। ਆਈ ਹੋਪ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਆ ਜਾਓ, ਇੱਕ ਕੁਸ਼ਚਨ ਹੋ ਰਿਹਾ, ਦ ਰਾਈਟ ਬ੍ਰਦਰਸ ਵਰ ਦ ਫਸਟ ਟੂ ਬਿਲਡ, ਹੈ ਨਾ, ਤਾਂ ਉਹ ਫਸਟ ਸੀਗੇ ਬਣਾਉਣ ਵਾਲੇ। ਦੇਖੋ ਫਸਟ ਦੀ ਤਾਂ ਹਜੇ ਤੱਕ ਕੋਈ ਗੱਲ ਆਈ ਨਹੀਂ ਸੀ, ਅੱਗੇ ਲਿਖੀ ਹੋਊਗੀ। ਤਾਂ ਆ ਜਾਓ, ਵੈਨ ਦੇ ਸਟਾਰਟਡ ਦ ਇੰਜਨ ਔਨ ਦਸੰਬਰ ਇੰਨਾ, ਦ ਏਅਰਪਲੇਨ ਪਲਸੇਟਡ ਵਾਈਲਡਲੀ। ਪਲਸੇਟ ਦਾ ਮਤਲਬ ਕੀ ਹੁੰਦਾ, ਠੀਕ ਹੈ, ਹੁੰਦੀ ਨਾ ਕਈ ਵਾਰ ਗੱਡੀ, ਪਹਿਲੀ ਵਾਰ ਤੁਸੀਂ ਫਿਲਮਾਂ 'ਚ ਵੀ ਦੇਖਦੇ ਹਾਂ, ਕੋਈ ਮਸ਼ੀਨ ਮੋਟਰ ਬਣਾਈ ਨਵੀਂ ਔਨ ਕੀਤੀ, ਤਾਂ ਪਹਿਲੀ ਵਾਰ ਜਿਹੜੀ ਕੰਬਦੀ ਹੈ, ਮੂਵਮੈਂਟਸ ਹੀ ਕਰ ਰਹੀ ਹੈ, ਦੈਟ ਇਜ਼ ਕਾਲਡ ਪਲਸੇਟਿੰਗ। ਠੀਕ ਹੈ, ਵਾਈਲਡਲੀ, ਖੁੰਖਾਰ ਤਰੀਕੇ ਨਾਲ, ਬਿਫੋਰ ਟੇਕਿੰਗ ਆਫ। ਟੇਕ ਆਫ ਦਾ ਮਤਲਬ ਕਿ ਉੱਡਣ ਤੋਂ ਪਹਿਲਾਂ ਪਹਿਲਾਂ। ਦ ਪਲੇਨ ਮੈਨੇਜਡ ਟੂ ਸਟੇ ਅਲੋਫਟ ਦਾ ਮਤਲਬ ਇਹ ਐਡਵਰਬ ਹੈ, ਠੀਕ ਹੈ, ਅਲੋਫਟ ਦਾ ਮਤਲਬ ਕੀ ਹੁੰਦਾ, ਟੂ ਰਿਮੇਨ ਇਨ ਦਾ ਏਅਰ, ਵੀ ਹਵਾ ਦੇ ਵਿੱਚ ਜੋ ਹੈ 12 ਸਕਿੰਟਾਂ ਵਾਸਤੇ ਰਿਹਾ। ਹਾਊਏਵਰ ਇਟ ਫਲਿਊ 120 ਫਿੱਟ, 120 ਫਿੱਟ ਉੱਪਰ ਤੱਕ ਚਲਾ ਗਿਆ ਅਤੇ 12 ਸਕਿੰਟਾਂ ਤੱਕ ਉੱਥੇ ਟਿਕ ਗਿਆ। ਠੀਕ ਹੈ ਬੇਟਾ, ਪਹਿਲਾ ਪਲੇਨ ਜਿਹੜਾ ਹੈਗਾ ਸੀ, ਠੀਕ ਹੈ, ਵੈਨ ਦੇ ਸਟਾਰਟਡ ਦਾ ਇੰਜਨ, ਠੀਕ ਹੈ, ਤਾਂ ਮਤਲਬ ਜਿਹੜਾ ਏਅਰਪਲੇਨ ਪਲਸੇਟਡ ਪਹਿਲੀ ਵਾਰ ਜੋ ਐਕਸਪੈਰੀਮੈਂਟ ਕਰ ਰਹੇ ਸੀ, ਦਾ 1905 ਦ ਰਾਈਟਸ ਹੈਡ ਪਰਫੈਕਟਡ ਦ ਫਸਟ ਏਅਰਪਲੇਨ। ਤਾਂ ਉਹ ਤੱਕ ਇਹਨਾਂ ਨੇ 1905 ਤੱਕ ਆਉਂਦੇ ਆਉਂਦੇ ਪਰਫੈਕਟ ਕਰ ਲਿਆ। ਉਰੇ ਕਦੇ ਗੱਲ ਹੋ ਰਹੀ ਸੀ 17 ਦਸੰਬਰ 1901 ਗੱਲ ਚੱਲ ਰਹੀ ਸੀ, ਹੈ ਨਾ, ਸੋ 4 ਸਾਲ ਲੱਗੇ। ਦੈਟ ਕੁਡ ਟਰਨ ਅ ਸਾਈਕਲ, ਹੁਣ ਮੁੜ ਵੀ ਸਕਦਾ ਸੀ, ਸਰਕਲ ਵੀ ਕਰ ਸਕਦਾ ਸੀ, ਰਿਮੇਨ ਏਅਰਬੋਨ ਮਤਲਬ ਹਵਾ ਦੇ ਵਿੱਚ ਵੀ ਰਹਿ ਸਕਦਾ ਸੀ ਫੋਰ ਹਾਫ ਐਨ ਆਰ ਐਟ ਅ ਟਾਈਮ। ਤਾਂ ਮਤਲਬ ਅੱਧੇ ਘੰਟੇ ਤੱਕ, ਉਹ ਪਹਿਲਾਂ 12 ਸਕਿੰਟਾਂ ਤੱਕ ਸੀ, ਅੱਧੇ ਘੰਟੇ ਤੱਕ ਹਵਾ 'ਚ ਰਹਿ ਸਕਦਾ ਸੀ, ਘੁੰਮ ਵੀ ਸਕਦਾ ਸੀ, ਮੁੜ ਵੀ ਸਕਦਾ। ਅਦਰਸ ਹੈਡ ਫਲੋਨ ਬੈਲੂਨਸ ਐਂਡ ਹੈਂਗ ਗਲਾਈਡਰਸ, ਠੀਕ ਹੈ, ਹੋਰ ਲੋਕਾਂ ਨੇ ਬੈਲੂਨਸ ਵੱਡੇ ਵੱਡੇ ਗੁਬਾਰਿਆਂ ਦੇ ਵਿੱਚ ਉੱਡੇ ਹੋਣਗੇ ਜਾਂ ਹੈਂਗ ਗਲਾਈਡਰਸ ਦੇ ਵਿੱਚ ਉੱਡੋਂਗੇ, ਬਟ ਰਾਈਟ ਬ੍ਰਦਰਸ ਵਰ ਦਾ ਫਸਟ ਟੂ ਬਿਲਡ ਅ ਫੁੱਲ ਸਾਈਜ਼ ਮਸ਼ੀਨ ਦੈਟ ਕੁਡ ਫਲਾਈ, ਵਰ ਦਾ ਫਸਟ। ਆ ਗਿਆ ਤੁਹਾਡਾ ਕੁਸ਼ਚਨ, ਹੁਣ ਉਰੇ ਧਿਆਨ ਨਾਲ ਇਸ ਲਾਈਨ ਨੂੰ 2-3 ਵਾਰ ਪੜ੍ਹਨਾ ਆਨਸਰ ਆ ਜੀ। ਫਸਟ ਸੀ ਕਿਹਦੇ 'ਚ, ਟੂ ਬਿਲਡ ਅ ਫੁੱਲ ਸਾਈਜ਼ ਮਸ਼ੀਨ ਦੈਟ ਕੁਡ ਫਲਾਈ ਅੰਡਰ ਇਟਸ ਓਨ ਪਾਵਰ, ਉਹਦੀ ਆਪਣੀ ਪਾਵਰ ਹੋਵੇ। ਬੈਲੂਨ ਦੀ ਆਪਣੀ ਪਾਵਰ ਥੋੜ੍ਹੀ ਹੁੰਦੀ ਹੈ, ਉਹ ਤਾਂ ਹੀਟ ਲੱਗੀ ਹੁੰਦੀ ਹੈ ਜਾਂ ਨੀਚੋਂ ਹੀ ਲਟਕਾਇਆ ਹੁੰਦਾ, ਨਾਲ ਲੱਗਿਆ ਹੁੰਦਾ, ਹੈ ਨਾ। ਸੋ ਉਹ ਗੱਲ ਕਰ ਰਿਹਾ, ਜਿਹੜਾ ਗਲਾਈਡਰ ਵੀ ਹੁੰਦਾ ਉਹ ਵੀ ਤੁਸੀਂ ਦੇਖੋਗੇ ਐਵੇਂ ਝੁਕਦਾ, ਜਿੱਧਰ ਨੂੰ ਝੁਕਦਾ ਤਾਂ ਉਹ ਹਵਾ ਦੇ ਮਤਲਬ ਵਿੰਡ ਦੇ ਸਹਾਰੇ ਚੱਲਦਾ, ਹੈ ਨਾ। ਸੋ ਲੇਕਿਨ ਇਹਦਾ ਆਪਣਾ ਜਿਹੜਾ ਹੈਗਾ ਸੀਗਾ, ਆਪਣਾ ਸੀਗਾ ਜਿਹੜਾ ਵੀ ਕੁਛ ਹੈਗਾ ਸੀ, ਅੰਡਰ ਇਟਸ ਓਨ ਪਾਵਰ, ਉਹਦੀ ਆਪਣੀ ਪਾਵਰ ਸੀ ਐਜ਼ ਅ ਕੰਟਰੀਬਿਊਟਰਸ ਆਫ ਵਨ ਆਫ ਦਾ, ਠੀਕ ਹੈ। ਤਾਂ ਹੁਣ ਦੇਖਦੇ ਹਾਂ ਕੀ ਲਿਖਿਆ, ਦੁਬਾਰਾ ਪੜ੍ਹ ਲਓ। ਵਰ ਦਾ ਫਸਟ ਟੂ ਬਿਲਡ ਅ ਫੁੱਲ ਸਾਈਜ਼ ਮਸ਼ੀਨ ਦੈਟ ਕੁਡ ਫਲਾਈ, ਫੁੱਲ ਸਾਈਜ਼ ਮਸ਼ੀਨ ਸੀ ਜੋ ਉੱਡ ਸਕਦੀ ਸੀ। ਵਰ ਦਾ ਫਸਟ ਬਿਲਡ ਦਾ ਮੋਸਟ ਆਊਟਸਟੈਂਡਿੰਗ ਪਲੇਨ, ਸਭ ਤੋਂ ਘੈਂਟ ਪਲੇਨ, ਸਭ ਤੋਂ ਘੈਂਟ ਤਾਂ ਉਹ ਪਹਿਲਾਂ ਵੀ ਹੋਣਗੇ, ਪਹਿਲਾਂ ਤਾਂ ਹੈ ਹੀ ਨਹੀਂ ਸੀ। ਦ ਪਲੇਨ ਦੈਟ ਕੁਡ ਨੋਟ ਟਰਨ ਸਰਕਲ, ਨਹੀਂ ਟਰਨ ਵੀ ਕਰ ਸਕਦਾ, ਸਰਕਲ ਵੀ ਕਰ ਸਕਦਾ ਸੀ, ਅੱਧੇ ਘੰਟੇ ਤੱਕ ਹਵਾ 'ਚ ਵੀ ਰਹਿ ਸਕਦਾ ਸੀ। ਦ ਬੈਲੂਨ ਜਿਹੜਾ ਹੈਂਗ ਲਾ, ਉਹ ਤਾਂ ਲੋਕਾਂ ਨੇ ਬਣਾਈ ਸੀ। ਫੁੱਲ ਸਾਈਜ਼ ਮਸ਼ੀਨ ਦੈਟ ਕੁਡ ਫਲਾਈ ਬਾਈ ਇਟਸੈਲਫ, ਮਤਲਬ ਉਹਦਾ ਖੁਦ ਦਾ ਪਾਵਰ ਸੋਰਸ। ਸੋ ਸਹੀ ਆਂਸਰ ਹੈ। ਸੋ ਉਰੇ ਹੀ ਤੁਹਾਡੇ ਕੁਸ਼ਚਨ ਖਤਮ ਹੁੰਦੇ ਨੇ।
ਅੱਗੇ ਤੁਸੀਂ ਪੈਸੇ ਪੜ੍ਹਨ ਦੀ ਲੋੜ ਨਹੀਂ ਹੈ, ਫੀਲਿੰਗ ਲੈਣ ਦੀ ਵੀ ਯਾਰ ਮੈਂ ਅੱਗੇ ਵੀ ਪੜ੍ਹਨਾ, ਕੀ ਲੋੜ ਹੈ, ਤੁਹਾਡੇ ਪੈਸੇ ਕੁਐਸਚਨ ਹੋ ਗਏ ਪੂਰੇ, ਹੈ ਨਾ। ਸੋ ਇਹ ਚੀਜ਼ ਹੈ ਜੀ, ਸੋਚਿਆ ਤਾਂ ਬਹੁਤ ਕੁਛ ਸੀ ਹੋਰ ਵੀ ਪੈਸੇਜਿਸ ਵਗੈਰਾ, ਲੇਕਿਨ ਫਿਲਹਾਲ ਦੇ ਲਈ ਇੰਨਾ ਹੀ ਹੈ। ਆਈ ਹੋਪ ਕਿ ਤੁਹਾਨੂੰ ਇਹ ਤੋਂ ਕਾਫੀ ਕੁਛ ਸਿੱਖਣ ਨੂੰ ਮਿਲਿਆ ਹੋਵੇਗਾ। ਧੰਨਵਾਦ।